ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਅਤੇ ਗੁੱਡ ਆਫਟਰਨੂਨ। ਮੈਂ ਤੁਹਾਡਾ ਹੋਸਟ ਅਤੇ ਦੋਸਤ ਨਿੱਕ ਬਾਠ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਲਾਈਵ ਗੱਲਾਂ ਵੀ ਕਰ ਸਕਦੇ ਹੋ। ਅਤੇ ਜਿਸ ਤਰ੍ਹਾਂ ਅਸੀਂ ਹਰ ਹਫ਼ਤੇ ਖਾਸ ਤੌਰ 'ਤੇ ਮੰਗਲਵਾਰ ਵਾਲੇ ਦਿਨ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਤੁਹਾਡੇ ਲਈ ਐਂਟਰਟੇਨਮੈਂਟ ਲੈ ਕੇ ਆਉਂਦੇ ਹਾਂ, ਕੋਈ ਨਾ ਕੋਈ ਐਂਟਰਟੇਨਰ ਲੈ ਕੇ ਆਉਂਦੇ ਹਾਂ, ਭਾਵੇਂ ਐਕਟਿੰਗ ਫੀਲਡ 'ਚੋਂ, ਸਿੰਗਿੰਗ ਫੀਲਡ 'ਚੋਂ, ਮਿਊਜ਼ਿਕ ਫੀਲਡ 'ਚੋਂ, ਹੋਰ ਵੀ ਕਈ ਸਾਰੇ ਫੀਲਡਸ 'ਚੋਂ ਅਸੀਂ ਵੱਖਰੇ ਵੱਖਰੇ ਸਮੇਂ ਦੇ ਉੱਪਰ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਕਿਉਂਕਿ ਜਿੱਥੇ ਜ਼ਿੰਦਗੀ ਦੇ ਇੰਨੇ ਰੁਝੇਵੇਂ ਨੇ, ਜਿੱਥੇ ਆਪਾਂ ਖਾਸ ਕਰਕੇ ਅੱਜ ਕੱਲ੍ਹ ਜਿਸ ਤਰ੍ਹਾਂ ਵੈਦਰ ਹੈ ਜਾਂ ਕੋਵਿਡ ਦਾ ਹੈ, ਆਪਾਂ ਘਰ ਦੇ ਵਿੱਚ ਹੁੰਦੇ ਹਾਂ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੇ ਮਸਲੇ ਨੇ ਉਹਨਾਂ ਤੋਂ ਤੁਹਾਨੂੰ ਇੱਕ ਘੰਟੇ ਵਾਸਤੇ ਥੋੜ੍ਹਾ ਦੂਰ ਕਰਕੇ ਆਪਣੇ ਮਹਿਮਾਨ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਵੀ ਐਂਟਰਟੇਨਮੈਂਟ ਫੀਲਡ ਦੇ ਨਾਲ ਜੁੜੇ ਹੁੰਦੇ ਨੇ ਉਸ ਚੀਜ਼ ਨਾਲ ਅਸੀਂ ਤੁਹਾਨੂੰ ਐਂਟਰਟੇਨ ਵੀ ਕਰ ਸਕਦੇ ਹਾਂ। ਅਤੇ ਜੇ ਤੁਸੀਂ ਤੁਹਾਡੇ ਅੰਦਰ ਵੀ ਕੋਈ ਵੀ ਕਿਸੇ ਤਰੀਕੇ ਦਾ ਟੈਲੈਂਟ ਹੈਗਾ ਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਸਾਡੇ ਜਸ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਸੋ ਹਰ ਹਫ਼ਤੇ ਦੀ ਤਰ੍ਹਾਂ ਅਸੀਂ ਇਸ ਹਫ਼ਤੇ ਵੀ ਜਿਹੜੇ ਮਹਿਮਾਨ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਸਿੰਗਿੰਗ ਦੇ ਨਾਲ ਰਿਲੇਟਡ ਨੇ, ਡੀਜੇ ਦੇ ਨਾਲ ਰਿਲੇਟਡ ਨੇ। ਅਤੇ ਸਭ ਤੋਂ ਵਧੀਆ ਗੱਲ ਇਹ ਹੈਗੀ ਆ ਕਿ ਉਹ ਸਾਡੇ ਇੱਥੋਂ ਲੋਕਲ ਸਿੰਗਰ ਨੇ। ਆਪਾਂ ਉਹਨਾਂ ਦੇ ਸਾਰੇ ਜਿਹੜੇ ਵੀ ਆਏ ਪ੍ਰੋਜੈਕਟ ਨੇ, ਆਉਣ ਵਾਲੇ ਪ੍ਰੋਜੈਕਟ ਨੇ, ਉਹਨਾਂ ਬਾਰੇ ਗੱਲ ਕਰਾਂਗੇ ਸਟੈਪ ਬਾਏ ਸਟੈਪ। ਪਰ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹਾਂਗਾ। SM DJ ਸੌਰਵ ਮਹਾਜਨ ਜੀ, ਤੁਹਾਡਾ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਜਸ ਪੰਜਾਬੀ TV ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫਾਰ ਹੈਵਿੰਗ ਮੀ ਔਨ ਦਿਸ ਸ਼ੋ। ਬਹੁਤ ਵਧੀਆ ਲੱਗ ਰਿਹਾ ਤੁਹਾਡੇ ਸ਼ੋ ਤੇ ਆ ਕੇ ਜੀ। ਸੌਰਵ ਜੀ, ਆਪਾਂ ਜਦੋਂ ਗੱਲ ਕਰਦੇ ਹਾਂ ਕਿ ਕੋਈ ਵੀ ਇੱਥੇ ਆ ਕੇ ਕਾਮਯਾਬ ਹੁੰਦੇ ਨੇ, ਸਾਡੇ ਜਿਹੜੇ ਨੌਜਵਾਨ ਕਈ ਕਾਫੀ ਯੰਗ ਏਜ ਦੇ ਵਿੱਚ ਆਏ ਹੁੰਦੇ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੇ ਜਿਹੜਾ ਸਟਰਗਲ, ਉਸ ਤੋਂ ਬਾਅਦ ਆਪਣੀ ਕਾਮਯਾਬੀ ਦਾ ਜੋ ਵੀ ਹੈ ਅੱਗੇ ਪ੍ਰੋਸੈਸ ਸ਼ੁਰੂ ਹੁੰਦਾ ਆ, ਅਤੇ ਸਟੈਪ ਬਾਏ ਸਟੈਪ ਜਿਸ ਤਰ੍ਹਾਂ ਅੱਜ ਇੱਕ ਜਗ੍ਹਾ 'ਤੇ ਜਿੱਥੇ ਤੁਸੀਂ ਜਿਹੜੇ ਮੁਕਾਮ 'ਤੇ ਜਿਹੜਾ ਤੁਹਾਡਾ ਇੱਕ ਕੋਈ ਡ੍ਰੀਮ ਸੀਗਾ ਉੱਥੇ ਪਹੁੰਚੇ ਹੋ, ਅਤੇ ਉਸ ਦੇ ਵਿੱਚ ਜਿਹੜੀ ਮੈਂ ਦਰਸ਼ਕਾਂ ਹਮੇਸ਼ਾ ਇਹ ਹੁੰਦਾ ਮੇਰਾ ਕਿ ਮੈਂ ਸ਼ੁਰੂਆਤ ਜਦੋਂ ਕਰਦਾ ਹੁੰਦਾ ਅਤੇ ਕਿੱਥੋਂ ਆਪਾਂ ਇੰਡੀਆ ਤੋਂ ਸ਼ੁਰੂਆਤ ਕਰਦੇ ਹਾਂ, ਇੰਡੀਆ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ? ਜੀ, ਮੈਂ ਦਿੱਲੀ 'ਚ ਬੋਰਨ ਹੋਇਆ ਸੀ। ਮੇਰੇ ਪੇਰੈਂਟਸ ਦੀ ਰਿਹਾਇਸ਼ ਗੁਰਦਾਸਪੁਰ ਤੋਂ ਹੈ, ਉਹ ਫਿਰ ਦਿੱਲੀ ਮੂਵ ਹੋਏ, ਪਰ ਮੇਰੀ ਜਿਹੜੀ ਪਰਵਰਿਸ਼ ਹੈ ਉਹ ਦਿੱਲੀ 'ਚ ਪੂਰੀ ਹੋਈ ਹੈ। ਅਤੇ ਮੈਂ ਆਪਣੀ ਜ਼ਿੰਦਗੀ ਦੇ ਕਹਾਂਗਾ 16 ਸਾਲ ਦਿੱਲੀ 'ਚ ਸਪੈਂਡ ਕੀਤੇ ਹੈ। ਮੈਂ ਆਪਣਾ ਹਾਈ ਸਕੂਲ ਉੱਥੇ ਕੀਤਾ ਅਤੇ ਬਚਪਨ ਆਪਣਾ ਪੂਰਾ ਦਿੱਲੀ 'ਚ ਬਿਤਾਇਆ ਜੀ। ਬਚਪਨ 16 ਸਾਲ ਦਾ ਮਤਲਬ ਕਿ ਤੁਸੀਂ 16 ਸਾਲ ਦੀ ਉਮਰ ਤੋਂ ਬਾਅਦ ਫਿਰ ਇੱਥੇ ਆ ਗਏ, ਅਤੇ ਕਿਸ ਤਰ੍ਹਾਂ ਆਉਣਾ ਹੋਇਆ? ਹਾਂਜੀ, ਮੈਂ 16 ਸਾਲ ਦੀ ਉਮਰ 'ਚ ਅਮਰੀਕਾ ਆਇਆ ਸੀ। ਆਇਆ ਤਾਂ ਘੁੰਮਣ ਸੀ, ਮੈਨੂੰ ਮੇਰਾ ਕਜ਼ਨ ਰਹਿੰਦਾ ਸੀ ਇੱਥੇ ਅਤੇ ਉਹਨੇ ਮੈਨੂੰ ਬੁਲਾਇਆ ਅਤੇ ਮੈਂ ਆਇਆ ਉਹਨੂੰ ਵਿਜ਼ਿਟ ਕਰਨ। ਪਰ ਫਿਰ ਇੱਦਾਂ ਦਾ ਸਬਬ ਬਣਿਆ ਕਿ ਮੈਂ ਵਾਪਸ ਹੀ ਨਹੀਂ ਗਿਆ। ਮੇਰੀ ਇੱਥੇ ਹੀ ਐਡਮਿਸ਼ਨ ਹੋ ਗਈ ਕਾਲਜ ਦੇ ਅੰਦਰ, ਇੱਥੇ ਫਿਰ ਆਪਣੀ ਹਾਇਰ ਐਜੂਕੇਸ਼ਨ ਪੂਰੀ ਕੀਤੀ ਅਤੇ ਉਹਦੇ ਬਾਅਦ 21 ਸਾਲ ਹੋ ਗਏ ਅੱਜ ਇਸ ਕੰਟਰੀ ਦੇ ਅੰਦਰ ਜੀ। ਜਦੋਂ ਆਪਾਂ ਗੱਲ ਐਜੂਕੇਸ਼ਨ ਦੀ ਕਰਦੇ ਹਾਂ, ਹਾਇਰ ਐਜੂਕੇਸ਼ਨ ਤੋਂ ਬਾਅਦ ਫਿਰ ਅੱਗੇ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਉਸ ਦੇ ਵਿੱਚ ਕੀ ਹੁੰਦਾ ਤੁਹਾਡੇ ਨਾਲ ਕਈ ਬੱਚੇ, ਕਈ ਜਿਹੜੇ ਤੁਹਾਡੇ ਕਲਾਸਮੇਟ ਹੁੰਦੇ ਨੇ ਉਹ ਕਈ ਵਾਰ ਕੀ ਹੁੰਦਾ ਕਿ ਰੈਕੋਗਨਾਈਜ਼ ਨਹੀਂ ਕਰ ਸਕਦੇ ਹੁੰਦੇ ਆ, ਜਿੱਦਾਂ ਕਹਿੰਦੇ ਆ ਕਿ ਚਿਹਰਾ ਬਦਲ ਜਾਂਦਾ ਹੈ ਥੋੜ੍ਹਾ ਬਹੁਤ। ਅਤੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਤੁਹਾਡੇ ਥਰੂ ਕਿ ਉਹ ਜਿਹੜੇ ਵੀ ਸਕੂਲ, ਮੈਂ ਤਾਂ ਕਹਾਂਗਾ ਦਿੱਲੀ ਤੋਂ ਵੀ ਜਿਹੜਾ ਸਕੂਲ, ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦਾ ਕਾਲਜ, ਹਾਇਰ ਐਜੂਕੇਸ਼ਨ, ਉਹ ਸਾਰੇ ਪਲੀਜ਼ ਦੱਸੋ ਕਿ ਕਿੱਥੋਂ ਕਿੱਥੇ ਤੁਸੀਂ ਗਏ। ਬਿਲਕੁਲ ਜੀ, ਮੈਂ ਆਪਣੀ ਹਾਈ ਸਕੂਲ ਦਿੱਲੀ ਦੇ ਸਕੂਲ ਏਅਰਫੋਰਸ ਸਕੂਲ ਤੋਂ ਸ਼ੁਰੂਆਤ ਕੀਤੀ ਸੀ ਅਤੇ ਮੈਂ ਆਪਣੀ 12ਵੀਂ ਤੱਕ ਉੱਥੇ ਉਸੇ ਸਕੂਲ 'ਚ ਰਿਹਾ। ਅਤੇ ਮੈਂ ਐਕਚੁਲੀ 1 ਸਾਲ ਗੁਰੂ ਨਾਨਕ ਪਬਲਿਕ ਸਕੂਲ 'ਚ ਵੀ ਗਿਆ, ਉਹਦੇ ਬਾਅਦ ਮੈਂ ਇੱਥੇ ਮੂਵ ਹੋ ਗਿਆ ਅਮੈਰੀਕਾ ਦੇ ਅੰਦਰ। ਅਤੇ ਇੱਥੇ ਮੈਂ ਆਪਣੀ ਕਾਲਜ ਕੁਈਨਸ ਕਾਲਜ, ਜਿਹੜਾ ਕਿ ਨਿਊਯਾਰਕ 'ਚ ਹੈਗਾ ਕੁਈਨਸ ਦੇ ਅੰਦਰ, ਉੱਥੋਂ ਮੈਂ ਆਪਣੀ ਕਾਲਜ ਫਿਨਿਸ਼ ਕੀਤਾ ਹੈ ਆਪਣੀ ਡਿਗਰੀ ਦੇ ਨਾਲ ਅਕਾਊਂਟਿੰਗ ਦੇ ਅੰਦਰ। ਜੀ, ਵੈਰੀ ਨਾਈਸ। ਸੋ ਡਿਗਰੀ ਦੇ ਨਾਲ ਤੁਸੀਂ ਅਕਾਊਂਟਿੰਗ ਫੀਲਡ ਦੇ ਵਿੱਚ ਹੁੰਦੇ ਹੁੰਦੇ ਫਿਰ ਜਿਸ ਤਰ੍ਹਾਂ ਤੁਹਾਡੀ ਰੁਚੀ ਮਿਊਜ਼ਿਕ ਵੱਲ ਆਈ ਜਦੋਂ, ਅਤੇ ਸਟਾਰਟਿੰਗ ਦੇ ਵਿੱਚ ਉਹ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ? ਜਦੋਂ ਮੈਂ ਇਸ ਕੰਟਰੀ ਦੇ ਅੰਦਰ ਆਇਆ ਸੀ ਅਤੇ
ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਹੜੇ ਫੀਲਡ 'ਚ ਜਾਵਾਂਗਾ। ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਮੈਂ ਇੱਥੇ ਸਿਰਫ ਘੁੰਮਣ ਆਇਆ ਸੀ, ਪੜ੍ਹਾਈ ਸ਼ੁਰੂ ਕੀਤੀ। ਇੱਕ ਦਿਨ ਮੈਂ ਕਿਸੇ ਡੀਜੇ ਨੂੰ ਪਾਰਟੀ 'ਚ ਦੇਖਿਆ ਅਤੇ ਮੈਨੂੰ ਬੜੀ ਐਕਸਾਈਟਮੈਂਟ ਹੋਈ ਜੀ ਦੇਖ ਕੇ ਕਿ ਕਿਸ ਤਰ੍ਹਾਂ ਪਾਰਟੀ ਹੁੰਦੀ ਹੈ, ਕਿਸ ਤਰ੍ਹਾਂ ਮਿਊਜ਼ਿਕ ਲਗਾਉਂਦੇ ਹੈ। ਅਤੇ ਮੇਰੀ ਪੂਰੀ ਜਿਹੜਾ ਡੀਜੇ ਦੇ ਅੰਦਰ ਸੈਟਅਪ ਸੀ ਉਹ 'ਚ ਬੜੀ ਰੁਚੀ ਹੋਈ ਅਤੇ ਮੈਂ ਉਹਨਾਂ ਨੂੰ ਅਪਰੋਚ ਕੀਤਾ ਕਿ ਵੀ ਮੈਂ ਵੀ ਸਿੱਖਣਾ ਚਾਹੁੰਦਾ ਕੰਮ। ਅਤੇ ਤਦ ਡੀਜੇ ਹੁੰਦੇ ਸੀ ਡੀਜੇ ਲਾਡਲਾ ਜੀ, ਅਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਉਹਨਾਂ ਦੇ ਨਾਲ ਕੰਮ ਕਰਨ ਦਾ, ਅਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ। ਇਹ ਸੰਨ 2000 ਦੀ ਗੱਲ ਹੈਗੀ ਹੈ, ਅਤੇ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਘੱਟ ਤੋਂ ਘੱਟ ਐਸੇ 5 ਸਾਲ ਕੰਮ ਕੀਤਾ ਉਹਨਾਂ ਦੇ ਨਾਲ। ਉਧਰੋਂ ਮੈਨੂੰ ਮਿਊਜ਼ਿਕ ਦੇ ਅੰਦਰ ਰੁਚੀ ਪੈਰੀ ਪੈਦਾ ਹੋਈ। ਜੀ ਡੀਜੇ ਡੀਜੇ ਲਾਡਲਾ ਹੁਣਾਂ ਦਾ ਜਦੋਂ ਅਸੀਂ ਵੀ ਨਵੇਂ ਨਵੇਂ ਆਏ ਸੀਗੇ ਅਤੇ ਉਹਨਾਂ ਦੀ ਹੀ ਸਾਊਂਡ ਜਿੱਥੇ ਵੀ ਹੁੰਦੀ ਸੀ, ਡੀਜੇ ਲਾਡਲਾ ਦੀ ਮੋਸਟਲੀ ਸਾਊਂਡ ਉਹਨਾਂ ਦੀ ਕੈਰੀ ਹੁੰਦੀ ਸੀਗੀ, ਯੂਜ਼ ਹੁੰਦੀ ਸੀਗੀ। ਕੋਈ ਭਾਵੇਂ ਮੇਲਾ ਹੋਵੇ, ਇਨਡੋਰ ਹੋਵੇ, ਆਊਟਡੋਰ ਹੋਵੇ, ਤਾਂ ਉਹਨਾਂ ਦਾ ਹੀ ਖਾਸ ਕਰਕੇ ਅਰੇਂਜਮੈਂਟ ਹੁੰਦਾ ਸੀਗਾ। ਤਾਂ ਹੀ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇੰਨੀ ਸਾਊਂਡ ਕਰਨੀ ਹੈ, ਇੰਨੇ ਸਿੰਗਰਾਂ ਨੂੰ ਦੇਖਣਾ ਜਾ ਕੇ ਤੁਸੀਂ ਹਰ ਵੀਕਐਂਡ ਦੇ ਉੱਤੇ, ਜਿੱਥੇ ਵੀ ਮੇਲਾ ਹੋ ਰਿਹਾ, ਵਿਸਾਖੀ ਮੇਲਾ ਹੋ ਰਿਹਾ, ਕਦੀ ਪੈਨਸਲਵੇਨੀਆ ਹੋ ਰਿਹਾ, ਕਦੀ ਨਿਊਯਾਰਕ 'ਚ ਹੋ ਰਿਹਾ, ਅਤੇ ਜਾ ਕੇ ਦੇਖਣਾ। ਜਦੋਂ ਸਿੰਗਰਸ ਨੂੰ ਦੇਖਦੇ ਸੀ ਗਾਣਾ ਗਾਉਂਦੇ ਹੋਏ ਤਾਂ ਬੜਾ ਮਜ਼ਾ ਆਉਂਦਾ ਸੀ ਦੇਖ ਕੇ। ਅਸੀਂ ਵੀ ਸੋਚਦੇ ਸੀ ਕਦੀ ਸਾਨੂੰ ਵੀ ਮੌਕਾ ਮਿਲੇਗਾ ਸਟੇਜ ਦੇ ਉੱਤੇ ਚੜ੍ਹ ਕੇ ਗਾਣਾ ਗਾਉਣ ਦਾ, ਅਤੇ ਅਸੀਂ ਵੀ ਜੀ ਦੂਜੀ ਸਾਈਡ 'ਤੇ ਪਹੁੰਚਾਂਗੇ। ਜੀ ਸੌਰਵ, ਆਪਾਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਪਰ ਆਪਾਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਵੀ ਤੁਸੀਂ ਗਏ ਹੋ, ਤਾਂ ਜ਼ਰੂਰ ਸ਼ਬਦ ਗੁਰਬਾਣੀ ਦੇ ਨਾਲ ਜ਼ਰੂਰ ਜੁੜੇ ਹੋਵੋਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਤੁਹਾਡੀ ਵੀ ਇਹ ਸ਼ੁਰੂਆਤ ਜਿਹੜੀ ਹੈਗੀ ਆ, ਤੁਹਾਡਾ ਪਹਿਲਾ ਸੌਂਗ ਹੈਗਾ ਆ, ਡੈਬਿਊ ਸੌਂਗ ਹੈਗਾ ਆ, ਜਿਹੜਾ ਕਿ ਪਬਲਿਕਲੀ ਆਫਿਸ਼ੀਅਲੀ ਜਿਹੜਾ ਤੁਸੀਂ ਲਾਂਚ ਕੀਤਾ ਆ, ਅਤੇ ਆਪਾਂ ਉਸ ਦੀ ਸ਼ੁਰੂਆਤ ਉਸ ਵਾਹਿਗੁਰੂ ਦੇ ਨਾਂ ਨਾਲ, ਜਿਹੜੀਆਂ 2-4 ਲਾਈਨਾਂ ਤੁਸੀਂ ਸਰਵਣ ਕਰਾਓ। ਮੈਂ ਐਕਚੁਅਲੀ ਆਪਣਾ ਜਿਹੜਾ ਗੀਤ ਹੈ ਉਹ ਮਿਸਟਰ ਨਰਿੰਦਰ ਚੰਚਲ ਜੀ, ਜਿਹੜੇ ਅੱਜ ਕੱਲ੍ਹ ਸਾਡੇ ਵਿੱਚ ਹੁਣ ਬੜੇ ਰੀਸੈਂਟਲੀ ਨਹੀਂ ਰਹੇ, ਇਸ ਦੁਨੀਆ 'ਚ ਸਾਨੂੰ ਛੱਡ ਕੇ ਚਲੇ ਗਏ, ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਸੀ, ਅਤੇ ਮੈਂ 2 ਉਹਨਾਂ ਦੀ ਲਾਈਨਾਂ ਗਾਣੀ ਚਾਹਾਂਗਾ ਉਹਨਾਂ ਦੀ ਭੇਂਟ ਦੀਆਂ ਜੀ ਆਪਣੀ ਤਰਫੋਂ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਲਈ। ਜੀ ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਓ ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਓ ਜੋਤਾਂ ਵਾਲੀਏ, ਪਹਾੜਾਂ ਵਾਲੀਏ, ਓ ਮਹਿਰਾਂ ਵਾਲੀਏ, ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ। ਜੀ ਨਰਿੰਦਰ ਚੰਚਲ ਹੁਣੀ ਸਾਡੇ ਵਿੱਚ ਹੁਣ ਨਹੀਂ ਰਹੇ, ਪਿਛਲੇ ਦਿਨਾਂ ਦੀ ਗੱਲ ਹੀ ਹੈ, ਭੇਟਾਂ ਦੀ ਦੇ ਬਾਦਸ਼ਾਹ ਸੀਗੇ ਉੱਥੇ, ਗਜ਼ਲਾਂ ਦੇ ਵੀ, ਅਤੇ ਭੇਟਾਂ ਉਹਨਾਂ ਦੀਆਂ ਜਿਹੜੀਆਂ ਕਈ ਨੇ ਫੋਰ ਐਵਰ, ਜਿਸ ਤਰ੍ਹਾਂ ਤੁਸੀਂ ਆਪ ਵਾਲੀ ਭੇਟ ਵੀ ਤੁਸੀਂ ਹੁਣ ਸੁਣਾਈ ਹੈ, ਇਹ ਫੋਰ ਐਵਰ ਹੈ, ਬਹੁਤ ਸਾਰੀਆਂ ਭੇਟਾਂ ਉਹਨਾਂ ਦੀਆਂ ਨੇ ਫੋਰ ਐਵਰ ਨੇ, ਅਤੇ ਜਦੋਂ ਵੀ ਕੋਈ ਜਗਰਾਤੇ ਜਾਗਰਣ ਹੁੰਦੇ ਨੇ, ਸਾਡੇ ਕਈ ਦੋਸਤ ਨੇ ਸਿੰਗਰ ਇੰਡੀਆ ਦੇ ਵਿੱਚ, ਉਹ ਕਾਫੀ ਜਾਗਰਣ ਕਰਦੇ ਨੇ, ਤਾਂ ਉਹਨਾਂ ਦੇ ਨਾਲ ਜਾਈਦਾ ਹੁੰਦਾ ਸੀਗਾ, ਜਗਰਾਤਿਆਂ 'ਤੇ ਵੀ ਕਈ ਵਾਰ ਜਾਈਦਾ ਸੀਗਾ, ਅਤੇ ਉਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਨਰਿੰਦਰ ਚੰਚਲ ਹੁਣਾਂ ਦੀ ਭੇਟ ਦੀ ਫਰਮਾਇਸ਼ ਜ਼ਰੂਰ ਆਉਂਦੀ ਹੁੰਦੀ ਸੀਗੀ, ਕਿ ਜੇ ਤੁਸੀਂ ਆਪਣੀਆਂ ਜਿੱਥੇ ਸੁਣਾਉਂਦੇ ਸੀਗੇ ਅਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਠੀਕ ਹੈ ਇਹਨਾਂ ਨੇ ਆਪਣੀਆਂ, ਕਿਉਂਕਿ ਜ਼ਿਆਦਾਤਰ ਉਹ ਕੰਪੋਜੀਸ਼ਨਸ ਬਣਾਈਆਂ ਹੁੰਦੀਆਂ ਨੇ ਗਾਣਿਆਂ ਦੇ ਉੱਪਰ, ਅੱਗੇ ਭੇਟਾਂ ਬਣਾਈਆਂ ਹੁੰਦੀਆਂ ਨੇ ਕੰਪੋਜੀਸ਼ਨਸ, ਅਤੇ ਨਰਿੰਦਰ ਚੰਚਲ ਹੁਣਾਂ ਜਿਹੜੀਆਂ ਜਿੰਨੀਆਂ ਵੀ ਭੇਟਾਂ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਆਪਣੀਆਂ ਕੰਪੋਜੀਸ਼ਨਸ ਮੋਸਟਲੀ ਹੁੰਦੀਆਂ ਸੀਗੀਆਂ, ਤਾਂ ਉਹੀ ਇੱਕ 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 ਯਾਦਗਾਰੀ ਭੇਟਾਂ ਸੀਗੀਆਂ, ਅਤੇ ਉਹ ਉਸ ਚੀਜ਼ ਨੂੰ ਯਾਦ ਤਾਜ਼ਾ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਸਾਡੇ ਸੀਨੀਅਰ ਨੇ ਜਿਹੜੇ ਸਾਡੇ ਵਿੱਚ ਨਹੀਂ ਰਹੇ, ਉਹਨਾਂ ਨੂੰ ਦੀ ਜੇ ਆਪਾਂ ਜੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦਾ ਮਾਣ ਕਰਦੇ ਹਾਂ, ਤਾਂ ਉਹਨਾਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ ਵਾ, ਕਿਤੇ ਨਾ ਕਿਤੇ ਜਿੱਥੇ ਵੀ ਮੌਕਾ ਮਿਲੇ ਅਤੇ ਜ਼ਰੂਰ ਯਾਦ ਕਰਨਾ ਚਾਹੀਦਾ ਆ। ਅਤੇ ਆਪਾਂ ਦੇਖ ਰਹੇ ਕਿ ਜਿਸ ਤਰ੍ਹਾਂ ਤੁਸੀਂ ਅੱਜ ਲਾਲ ਰੰਗ ਪਾਇਆ ਹੋਇਆ, ਜਿਸ ਤਰ੍ਹਾਂ ਪਰਸੋਂ ਵੈਲੰਟਾਈਨ ਡੇ ਲੰਘ ਕੇ ਗਿਆ ਆ, ਅਤੇ ਉਸ ਦੇ ਵਿੱਚ ਕਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਡੀਜੇ ਵੀ ਕਰਦੇ ਆ ਅਤੇ ਨਾਲ ਤੁਹਾਡੀ ਡੈਬਿਊ ਵੀ ਕੀਤਾ ਤੁਸੀਂ ਹੁਣ, ਅਤੇ ਉਸ ਵੈਲੰਟਾਈਨ ਡੇ ਦੇ ਉੱਪਰ ਕੋਈ ਪਾਰਟੀ ਕੀ ਆ, ਕੋਵਿਡ ਕਰਕੇ ਉਸ ਚੀਜ਼ ਦਾ ਕੋਈ ਇਫੈਕਟ ਹੋਇਆ ਕਿ ਪਾਰਟੀਜ਼ ਵਗੈਰਾ ਕੋਈ ਜ਼ਿਆਦਾ ਨਹੀਂ ਹੋਈਆਂ? ਕੋਵਿਡ ਕਰਕੇ ਜੀ ਹਰ ਪਾਸੇ ਹੀ ਇਫੈਕਟ ਹੋਇਆ, ਪੂਰੇ ਵਰਲਡ 'ਚ ਇਫੈਕਟ ਹੋਇਆ, ਅਸੀਂ ਐਂਟਰਟੇਨਮੈਂਟ ਇੰਡਸਟਰੀ ਨੂੰ ਤਾਂ ਸਭ ਤੋਂ ਜ਼ਿਆਦਾ ਇਫੈਕਟ ਹੋਇਆ,
ਅੱਜਕੱਲ ਪਾਰਟੀਆਂ ਲਿਮਿਟਿਡ ਤੁਹਾਨੂੰ ਪਤਾ ਬਿਲਕੁਲ ਲਿਮਿਟਿਡ ਹੋ ਗਈਆਂ, ਗੈਸਟ ਅਮਾਉਂਟ ਲਿਮਿਟਿਡ ਹੋ ਗਏ ਤੇ ਲੋਕੀ ਡਰਨ ਵੀ ਲੱਗ ਪਏ ਆ ਪਾਰਟੀ ਕਰਨ ਤੋਂ। ਲੋਕਾਂ ਦੇ ਮਨ 'ਚ ਡਰ ਹੈ ਕਿ ਵੀ ਪਾਰਟੀ ਕਰਾਂਗੇ ਤੇ ਕੋਈ ਬਿਮਾਰ ਨਾ ਹੋ ਜਾਵੇ, ਕੋਈ ਉਹਨਾਂ ਦਾ ਗੈਸਟ ਬਿਮਾਰ ਨਾ ਹੋ ਜਾਵੇ, ਆਪ ਬਿਮਾਰ ਨਾ ਹੋ ਜਾਣ, ਤੇ ਇਸ ਕਰਕੇ ਬੜਾ ਫਰਕ ਪਿਆ। ਪਹਿਲਾਂ ਸਾਡੇ ਕੋਲ ਬੜਾ ਕੰਮ ਹੁੰਦਾ ਸੀ ਇਸ ਪੀਰੀਅਡ ਡਿਊਰਿੰਗ ਪੂਰਾ ਸਾਲ ਹੀ ਕੰਮ ਹੁੰਦਾ ਸੀ, ਬਟ ਅਗੇਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਐਂਟਰਟੇਨਮੈਂਟ ਇੰਡਸਟਰੀ ਦੇ ਮੇਜਰ ਇੰਡਸਟਰੀ ਆ ਜਿਹਨੂੰ ਇਫੈਕਟ ਹੋਇਆ ਹੈ, ਤੇ ਆਬਵੀਅਸਲੀ ਇਸ ਇਫੈਕਟ ਤੋਂ ਥਰੂ ਅਸੀਂ ਗੁਜ਼ਰ ਰਹੇ ਹਾਂ। ਜੀ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਨਿਊਯਾਰਕ ਦੀ ਗੱਲ ਕਰੀਏ ਤੇ ਉਸ ਤੋਂ ਉੱਪਰ ਆਪਾਂ ਗੱਲ ਕਰੀਏ ਵੈਲੈਂਟਾਈਨਸ ਡੇ ਪਾਰਟੀ ਦੀ, ਕਿਉਂਕਿ ਅਸੀਂ ਫਿਲਾਡੈਲਫੀਆ ਤੋਂ ਹੁਣ ਤਾਂ ਨਹੀਂ ਪਰ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਜਾਂਦੇ ਹੁੰਦੇ ਸੀਗੇ ਤੇ ਅਸੀਂ ਤਾਂ ਵੈਲੈਂਟਾਈਨਸ ਡੇ ਪਾਰਟੀਆਂ ਜਿਹੜੀਆਂ ਹੁੰਦੀਆਂ ਸੀ ਉਹ ਸਾਰੀਆਂ ਮੋਸਟਲੀ ਨਿਊਯਾਰਕ ਪਾਰਟੀ ਅਸੀਂ ਸਾਰੀਆਂ ਨਿਊਯਾਰਕ ਦੇ ਵਿੱਚ ਹੀ ਕਰਦੇ ਹੁੰਦੇ ਸੀਗੇ, ਪਰ ਜਦੋਂ ਅੱਜ ਆਪਾਂ ਦੇਖਦੇ ਹਾਂ ਕਿ ਇਸ ਜਿਹੜਾ ਕੋਵਿਡ ਦੇ ਟਾਈਮ ਦੇ ਵਿੱਚ ਜਿੱਥੇ ਇੱਕ ਵੈਲੈਂਟਾਈਨ ਡੇ ਵਰਗਾ ਜਿਹੜਾ ਯੂਥ ਜਿਹੜਾ ਕਰਾਊਡ ਹੈਗਾ ਵਾ ਉਹਨਾਂ ਦਾ ਜਿਹੜਾ ਇੱਕ ਡੇ ਹੁੰਦਾ ਵਾ ਉਹ ਉਸ ਦੇ ਵਿੱਚ ਵੀ ਉਸ ਚੀਜ਼ ਨੂੰ ਵੀ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਕਿ ਵਿਆਹ ਸ਼ਾਦੀਆਂ ਜਾਂ ਹੋਰ ਕਈ ਚੀਜ਼ਾਂ ਦੇ ਵਿੱਚ ਜਾਂ ਈਵਨ ਤੁਸੀਂ ਫਿਲਮ ਇੰਡਸਟਰੀ ਨੂੰ ਲਗਾ ਲਓ ਕਿ ਮੂਵੀ ਥੀਏਟਰਸ ਦੇ ਨਾਲ ਵੱਡੀਆਂ ਵੱਡੀਆਂ ਇੰਡਸਟਰੀਜ਼ ਉਹਦੇ ਨਾਲ ਅਫੈਕਟ ਹੋ ਗਈਆਂ ਨੇ ਐਂਟਰਟੇਨਮੈਂਟ ਦੀਆਂ, ਤਾਂ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਬੇਸ ਇੰਡਸਟਰੀ ਜਿੱਦਾਂ ਆਪਾਂ ਡੀਜੇ ਕਹਿ ਦਿੰਦੇ ਹਾਂ ਜਿਸ ਦੇ ਵਿੱਚ ਕਿ ਜ਼ਿਆਦਾ ਆਰਟਿਸਟ ਵੀ ਨਹੀਂ ਇਨਵੋਲਵ ਹੁੰਦੇ ਨੇ, ਤਾਂ ਉਹ ਇੰਡਸਟਰੀ ਵੀ ਕਿਤੇ ਨਾ ਕਿਤੇ ਬਹੁਤ ਬੜੀ ਤਾਦਾਦ ਦੇ ਵਿੱਚ ਅਫੈਕਟਡ ਹੋਈ ਆ, ਕਿਉਂਕਿ ਆਪਾਂ ਇੱਕ ਨਿਊਯਾਰਕ ਦੇ ਡੀਜੇ ਦੇ ਨਾਲ ਜਦੋਂ ਗੱਲ ਕਰਦੇ ਹਾਂ ਕਿ ਵੈਲੈਂਟਾਈਨਸ ਡੇ ਦੇ ਉੱਪਰ ਕੋਈ ਪਾਰਟੀ ਹੋਈ ਆ ਤਾਂ ਉਹ ਕਹਿੰਦੇ ਨੇ ਨਹੀਂ, ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਇੱਕ ਵਹਿਮ ਹੈ, ਵਹਿਮ ਤਾਂ ਨਹੀਂ ਹੈ ਇੱਕ ਸਹਿਮ ਹੈ, ਲੋਕ ਡਰੇ ਹੋਏ ਨੇ ਅਤੇ ਡਰਨਾ ਚਾਹੀਦਾ ਵੀ ਹੈ, ਜਦੋਂ ਤੱਕ 1-2-3 ਮਹੀਨੇ ਹੋਰ ਜੇ ਲੱਗਦੇ ਨੇ ਤਾਂ ਇਤਿਹਾਸ ਦੇ ਵਿੱਚ ਹੀ ਆਪਾਂ ਨੂੰ ਚੱਲਣਾ ਚਾਹੀਦਾ ਹੈ, ਤਾਂ ਉਸ ਦੇ ਨਾਲ ਹੀ ਕਿਉਂਕਿ ਆਪਾਂ ਨੂੰ ਚੱਲਣਾ ਪਏਗਾ ਸਭ ਦੇ ਨਾਲ, ਕਿਉਂਕਿ ਆਪਾਂ ਆਪਣੀ ਜਾਂ ਕਿਸੇ ਦੀ ਜਾਨ ਨੂੰ ਰਿਸਕ ਦੇ ਵਿੱਚ ਨਹੀਂ ਪਾ ਸਕਦੇ, ਕਿਉਂਕਿ ਆਪਾਂ ਐਰਕੀ ਦੇਖਿਆ ਮੋਸਟਲੀ ਸੌਰਵ ਜੀ ਕਿ ਜਿੰਨੀਆਂ ਵੀ ਪਾਰਟੀਜ਼ ਹੋਈਆਂ ਨੇ ਸਾਡੇ ਵੀ ਹੋਈਆਂ, ਪਰ ਉਹ ਜਿੱਦਾਂ ਹਾਊਸ ਪਾਰਟੀਜ਼ 10-12 ਲੋਕ ਦੀ ਗੈਦਰਿੰਗ ਹੋਈ ਹੋਈ ਹੋਏਗੀ, ਵੱਧ ਤੋਂ ਵੱਧ ਜਾਂ 20 ਲੋਕ ਦੀ ਹੋਈ ਹੋਏਗੀ ਗੈਦਰਿੰਗ, ਜਿਹਨੂੰ ਕਿ ਆਪਾਂ ਪਾਰਟੀ ਨਹੀਂ ਕਹਿ ਸਕਦੇ, ਮਤਲਬ ਕਿ ਠੀਕ ਹੈ ਗੈਟ ਟੂਗੈਦਰ ਹੋ ਗਈ। ਹੋਰ ਸੌਰਵ ਸਾਹਿਬ, ਗੱਲਬਾਤ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਅਜੇ ਅਗਲੇ ਸੈਗਮੈਂਟ ਦੇ ਵਿੱਚ ਵੀ, ਉਸ ਤੋਂ ਅਗਲੇ ਦੇ ਵਿੱਚ ਵੀ ਤੁਹਾਡੇ ਹੋਰ ਵੀ ਗੀਤ ਵੀ ਸੁਣਾਉਣੇ ਨੇ ਆਪਾਂ ਦਰਸ਼ਕਾਂ ਨੂੰ, ਸੇ ਦਰਸ਼ਕ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ, ਅਤੇ ਦਰਸ਼ਕੋ ਜੇ ਤੁਸੀਂ ਵੀ ਸੌਰਵ ਹੋਣਾ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਇਹਨਾਂ ਦੇ ਨਾਲ ਕਿਤੇ ਮੁਲਾਕਾਤ ਹੋਈ ਹੈ, ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਥੱਲੇ ਲਿਖੇ ਨੰਬਰ ਦੇ ਉੱਪਰ ਚੱਲ ਰਹੇ ਲਾਈਵ ਸ਼ੋਅ ਦੇ ਉੱਪਰ ਜ਼ਰੂਰ ਕਾਲ ਕਰ ਸਕਦੇ ਹੋ, ਅਤੇ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਤੁਸੀਂ ਡੀਜੇ ਬਾਰੇ ਹੋਰ ਕੋਈ ਵੀ ਚੀਜ਼ ਤੁਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਪੁੱਛ ਸਕਦੇ ਹੋ। ਸੋ ਦਰਸ਼ਕੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਸੌਰਵ ਹੁਣੀ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਨੇ, ਤਾਂ ਦਿਆ ਕਰਾਂਗੇ ਹੋਰ ਵੀ ਬਹੁਤ ਸਾਰਾ ਐਂਟਰਟੇਨਮੈਂਟ ਅਤੇ ਜਾਣ ਪਛਾਣ ਕਰਾਵਾਂਗੇ ਹੋਰ ਵੀ ਸੌਰਵ ਹੁਣਾਂ ਨਾਲ, ਅਤੇ ਇਹਨਾਂ ਦੇ ਡੀਜੇ ਦੇ ਨਾਲ ਨਾਲ ਹੋਰ ਇਹ ਕੀ ਕਰਦੇ ਨੇ, ਹੋਰ ਇਹਨਾਂ ਦੇ ਕਿੱਧਰ ਕਿੱਧਰ ਇੰਟਰਸਟ ਨੇ, ਹੋਰ ਕਿਹੜੇ ਕੰਮਾਂ ਦੇ ਵਿੱਚ ਜੁੜੇ ਨੇ, ਉਹਨਾਂ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ। ਅਤੇ ਦਰਸ਼ਕੋ ਜਾਇਓ ਕਿਤੇ ਨਾ, ਸਾਡੇ ਨਾਲ ਸੌਰਵ ਵੀ ਜੁੜੇ ਨੇ ਆ, ਵੇਲਾ ਹੋਰ ਚੱਲਿਆ ਬ੍ਰੇਕ ਦਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਫਿਰ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਆਪਣੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਅਤੇ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਵੀ ਸ਼ੌਂਕ ਹੈ, ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਆ, ਤੁਹਾਡਾ ਕਿਸੇ ਤਰੀਕੇ ਦਾ ਕੋਈ ਬਿਜ਼ਨਸ ਹੈਗਾ ਵਾ, ਕਿਸੇ ਵੀ ਤਰੀਕੇ ਦਾ ਕੋਈ ਤੁਹਾਡਾ ਈਵੈਂਟ ਹੈਗਾ ਆ, ਤਾਂ ਤੁਸੀਂ ਸਾਡੇ ਜਸ ਪਰਿਵਾਰ ਦੇ ਨਾਲ ਜੁੜ ਕੇ, ਸਾਡੇ ਥੱਲੇ ਲਿਖੇ ਨੰਬਰ ਦੇ ਨਾਲ ਜੁੜ ਕੇ, ਸਾਡੇ ਈਮੇਲ ਐਡਰੈਸ ਦੇ ਨਾਲ ਜੁੜ ਕੇ ਤੁਸੀਂ ਜਸ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ, ਅਤੇ ਆਪਣਾ ਕੋਈ ਵੀ ਈਵੈਂਟ ਹੈ, ਕੋਈ ਵੀ ਬਿਜ਼ਨਸ ਹੈ, ਕੋਈ ਵੀ ਟੈਲੈਂਟ ਹੈ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਸਕਦੇ ਹੋ, ਦਿਖਾ ਸਕਦੇ ਹੋ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜਿਹੜੇ ਪ੍ਰੋਗਰਾਮ ਜਸ ਪੰਜਾਬੀ ਟੀਵੀ ਹੈ ਵਰਲਡ ਵਾਈਡ ਟੈਲੀਕਾਸਟ ਹੁੰਦੇ ਨੇ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UAE, ਇੰਡੀਆ, ਆਲ ਓਵਰ ਵਰਲਡ, ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ UK, ਤੁਸੀਂ ਹਰ ਜਗ੍ਹਾ ਦੇ ਉੱਪਰ ਸਾਡੇ ਹਰ ਇੱਕ ਪ੍ਰੋਗਰਾਮ ਵੱਖਰੇ ਵੱਖਰੇ ਸਮੇਂ ਦੇ ਉੱਪਰ ਦੇਖਦੇ ਹੋ, ਹਰੇਕ ਕੰਟਰੀ ਦੇ ਵਿੱਚ, ਹਰੇਕ ਕੰਟਰੀ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਅਤੇ ਜਿਹੜੇ ਅੱਜ ਦੇ ਸਾਡੇ ਮਹਿਮਾਨ ਸਾਡੇ ਨਾਲ ਜੁੜੇ ਨੇ SMDJ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਥੈਂਕ ਯੂ ਜੀ। SMDJ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਜਿਹੜੇ ਕਿ
16 साल की उम्र के अमेरिका के आए न्यूयॉर्क के उस तो बाद इत्थे रहना डिसाइड किया। उस तो बाद अपनी एजुकेशन प्रॉपर ली इन्ह ने ते पिछों कि जगह तो सके न्यू दिल्ली तो सके उसके बारे भी तुम्हें जाणू कराया। तो उस तो पिछों उन्होंने पेरेंट्स गुरदासपुर तो सके उसके बारे भी तुम्हें जाणू कराया। कई बार होंगे कि एक सैगमेंट मिस हो जाता है तो आपू फिर कैरी ऑन कर लेने तो कोई चीज़ किसी मिस हो गई हो जरूर उसनों कैचअप कर सकते हैं। सो सौरभ जी जिते आप गल करते हैं कि तुसी पिछले सैगमेंट में दसिया कि डीजे लाडला हुणा नाल तुसी जिहड़े तुहानू शौक सीगा इस फील्ड दे विच आउण दा डीजे दा, क्योंकि क्योंकि जदों डीजे वजदे सीगे वजदे आ उहनां दी बीट्स एक एक्साइटमेंट हुंदी आ कि ये किदां गाने प्ले करदे ने सारा कुछ किते ना किते सानू वी शौक हैगा इहनां चीज़ां दा। सो उह जिहड़ी डीजे जिथे तुसी उहनां दे नाल कम सिख्या साउंड्स कीतियां तुसी वड्डे वड्डे मेलियां दे विच जिस तरह तुसी दस्सिया, उस तो इलावा तुसी प्रोफेशनल वे दे विच जदों खुद आप डीजे बने आप खुद दे शो करन लगे तां उह जरूर दस्सो सानू तुसी कित्थे कित्थे कीते। जी मैं 2005 से अपनी कंपनी शुरू की जी बी फ्री डीजेज के नाँ तो। शुरुआत बड़ी चंगी हुई, मैं काफ़ी यंग सी, बड़ा एक्साइटमेंट सी कम करन दी। जिस तरह तुहानू कहा ही है, म्यूजिक साडा पंजाबी कल्चर ही म्यूजिक दे उत्ते बेस्ड है। असी जिथे भी जाने गाना गाने हैं, गाना सीखते हैं। तो जी मैं पूरा वर्ल्ड वाइड ट्रैवल किया डीजे दे नाल। मैं थाईलैंड भी गया, चंडीगढ़ भी गया, मैक्सीको भी गया, होर कई जगह गया पार्टियां करन। US ते मैं ऑल ओवर जाना ही हाँ हर जगह। तो चार पांच कंट्रीज हैं जिथे मैं हमेशा ऑल ओवर हूने भी ट्रैवल करना पार्टी करने के लिए। अपने इंडियन कल्चर, अपना पंजाबी कल्चर हर पास वर्ल्ड से मिल जाता है तुहानू। ते जिथे भी सानू मौका मिलता है असं उत्थे जरूर जाइए। जी जिथे आप गल करते हैं कि डीजे तुसी वर्ल्ड वाइड किया, जिथे तुसी चंडीगढ़ की जदों कोई गल करता तो साडा शहर हैगा वा सानू आ जाता है कि साडे शहर च ही करके आ गए। किहड़े क्लब च करके आए थे? जी मैं उत्थे गया सी, JW मैरियट हैगा चंडीगढ़ के अंदर, हाँ जी हाँ जी हाँ जी करके आया सी जी इवेंट। जी जी हाँ जी साढ़े टाइम के उत्ते हुंदा सीगा डैन करके, LA डैन, इदा वेगस डैन, वेगस डैन करके क्लब काफ़ी पॉपुलर हुंदा सी उत्थे। बाली सगू उस और कई डीजे ने उत्थे कीता सीगा, डीजे उन्हां नाल मुलाकात हुई सी उत्थे। तां उस तो बाद जिथे आपां डीजे दी गल करदे आ, डीजे दे नाल नाल जिस तरह तुहाडा हुण नवां प्रोजैक्ट हैगा वा जिस दा खास करके जिस लई तुसीं अज आपां तुहानूं दर्शकां दे रूबरू करा रहे हाँ, वो जिहड़ा तुहाडा प्रोजैक्ट है, जिहड़ा तुहाडा पलेठी दा गीत हैगा जिहड़ा तुहाडा अज पिछले ऐसे वीक ही लॉन्च होया है पिछले दिन ही, तां उस दे बारे दसो। जी मेरा गीत हुने शुरू होया है, मैं वैलेंटाइन डे ते ही लॉन्च किया उन्होंने, गर्ल ऑन फ्लीक, इट्स कॉल्ड GOF। गाना पंजाबी लव सॉन्ग हैगा। तो मैनू शौक सी गाने का हमेशा शुरू तो। मैं 2019 च गाना लिखया, मेरे दोस्त ने मेरे ते मैं मिल के लिखिया गाना, तो मेरे दोस्त ने कंपोज किया उन्हें, तो मैं 2019 च गाना गाया। मैं सोचा सी कि 2020 च रिकॉर्ड करा, शूटिंग करा वो अर्ली मार्च के अंदर, पर फिर पेंडेमिक हो गया करोना वायरस करके, सारे घर बह गए तो शूटिंग हो नहीं पाई। फिर असी लेट सितंबर च गाना शूट किया, हुण फरवरी च इहनूं रिलीज़ किया है। ते बड़ी वधिया रिस्पॉन्स मिल रही है तुहाडे सारिआं दे प्यार दे नाल। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਥੱਲੇ ਲਿਖੇ ਫੋਨ ਨੰਬਰ ਦੇ ਉੱਪਰ ਕਾਲ ਕਰਕੇ ਡਾਇਲ ਕਰਕੇ ਨੰਬਰ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਅੱਜ ਦੇ ਸਾਡੇ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ DJ SM ਸੌਰਵ ਮਹਾਜਨ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸੌਰਵ ਜੀ। ਥੈਂਕ ਯੂ ਜੀ। ਸੋ ਸੌਰਵ ਜੀ, ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਦੋਂ ਅਸੀਂ ਪ੍ਰੋਗਰਾਮ ਤੋਂ ਬਾਅਦ ਜਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਵੈਲਕਮ ਕਰਦੇ ਹਾਂ ਤਾਂ ਉਸ ਦੇ ਵਿੱਚ ਉਸ ਤੋਂ ਪਹਿਲਾਂ ਇਹ ਕਹਿੰਦੇ ਹਾਂ ਕਿ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਜੁੜੋ ਅਤੇ ਉਸ ਦੀ ਇੱਕ ਮਿਸਾਲ ਤੁਸੀਂ ਸਾਹਮਣੇ ਸਾਡੇ ਅੱਜ ਬੈਠੇ ਹੋ। ਜੇ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਅਤੇ ਅੱਜ ਤੁਹਾਡੀ ਪਰਸੋਂ ਲਾਂਚ ਹੋਈ ਆ ਵੈਲੰਟਾਈਨ ਡੇ ਦੇ ਉੱਪਰ ਤੁਹਾਡਾ ਡੈਬਿਊ, ਅਤੇ ਅੱਜ ਪੂਰੀ ਦੁਨੀਆ ਦੇ ਵਿੱਚ ਉਸਨੂੰ ਲੋਕ ਮਾਣ ਰਹੇ ਨੇ,
ਜਿਨ੍ਹਾਂ ਨੇ ਯੂਟਿਊਬ ਤੇ ਨਹੀਂ ਵੀ ਦੇਖਿਆ ਹੈਗਾ ਜਿਹੜੇ 100 ਇਹਦੇ ਵਿੱਚ ਦੇਖਣਗੇ ਤਾਂ ਉਹ ਯੂਟਿਊਬ ਤੇ ਜਾ ਕੇ ਵੀ ਜ਼ਰੂਰ ਦੇਖਣਗੇ ਮਿਲੀਅਨਸ ਦੇ ਹਿਸਾਬ ਨਾਲ ਸਾਡੀ ਆਡੀਅנס ਨੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਮਹਿਮਾਨਾਂ ਦੇ ਰਾਹੀਂ ਜ਼ਰੂਰ ਹਮੇਸ਼ਾ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹੁੰਦੇ ਹਾਂ ਕਿ ਜਿੱਥੇ ਕੋਈ ਵੀ ਟੈਲੈਂਟ ਹੈਗਾ ਵਾ ਕੋਈ ਬਿਜ਼ਨਸ ਹੈਗਾ ਵਾ ਅੱਜ ਕੱਲ੍ਹ ਇਸ ਮਾਰਕੀਟਿੰਗ ਫੀਲਡ ਹੈਗੀ ਆ ਉਸਦੀ ਮਾਰਕੀਟਿੰਗ ਵਾਸਤੇ ਤੁਹਾਨੂੰ ਜੇ ਤੁਸੀਂ ਕੋਈ ਵੀ ਮਾਧਿਅਮ ਹੈਗਾ ਉਸਦੇ ਨਾਲ ਜੁੜਨਾ ਪੈਂਦਾ ਵਾ ਪਰ ਜੇ ਤੁਸੀਂ ਪੰਜਾਬੀ ਇੰਡਸਟਰੀ ਦੇ ਨਾਲ ਨੇ ਪੰਜਾਬੀ 뮤직 ਦੇ ਨਾਲ ਨੇ ਤੇ ਸਪੈਸ਼ਲੀ ਜੇ ਤੁਸੀਂ ਅਮਰੀਕਾ ਤੋਂ ਹੋ ਜਾਂ ਮੈਂ ਤਾਂ ਕਹਿੰਦਾ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਹੋ ਕਿਉਂਕਿ ਸਾਡੇ ਪ੍ਰੋਗਰਾਮ ਦੁਨੀਆ ਦੇ ਹਰ ਇੱਕ ਹਿੱਸੇ ਦੇ ਵਿੱਚ ਵੱਖਰੇ ਵੱਖਰੇ ਸਮੇਂ ਦੇ ਉੱਪਰ ਦਿਖਾਏ ਜਾਂਦੇ ਨੇ ਤੁਸੀਂ ਆਪਣੀ ਪ੍ਰਮੋਸ਼ਨ ਆਪਣਾ ਕੋਈ ਵੀ ਬਿਜ਼ਨਸ ਹੈ ਟੈਲੈਂਟ ਹੈ ਕੁਛ ਵੀ ਹੈ ਪੂਰੀ ਦੁਨੀਆ ਤੱਕ ਪਹੁੰਚਾ ਕੇ ਇੱਕ ਆਪਣੀ ਵੱਖਰੀ ਪਹਿਚਾਨ ਬਣਾ ਸਕਦੇ ਹੋ ਹਾਂਜੀ ਸੋ ਆਪਾਂ ਤੁਹਾਡਾ ਗੀਤ ਦੇਖਿਆ ਸੌਰਵ ਤੇ ਬਹੁਤ ਵਧੀਆ ਲੱਗਾ ਗੀਤ ਉਸ ਦੇ ਬਾਰੇ ਆਪਾਂ ਦਰਸ਼ਕਾਂ ਨੂੰ ਜਾਣੂ ਵੀ ਕਰਾਇਆ ਕਿ ਮਿਊਜ਼ਿਕ ਕਿੰਨਾ ਦਾ ਸੀਗਾ ਵੀਡੀਓ ਕਿੰਨਾ ਨੇ ਬਣਾਈ ਦੈਨ ਲਿਰਿਕਸ ਕਿੰਨਾ ਦੇ ਸੀਗੇ ਤਾਂ ਸਾਰਾ ਟੀਮ ਵਰਕ ਤੇ ਕਿੰਨੇ ਸਮੇਂ ਦੇ ਵਿੱਚ ਉਹ ਤਿਆਰ ਹੋ ਕੇ ਤੇ ਵੈਲੰਟਾਈਨ ਡੇ ਦੇ ਉੱਪਰ ਤੁਸੀਂ ਉਹਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਤੇ ਹੋਰ ਆਉਣ ਵਾਲੇ ਤੁਹਾਡੇ ਕੋਈ ਪ੍ਰੋਜੈਕਟਸ ਹੋਣ ਜਾਂ ਯੂਥ ਵਾਸਤੇ ਜਾਂ ਹੋਰ ਕੋਈ ਉਹ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਜੀ ਬਿਲਕੁਲ ਜੀ ਇਸ ਸਾਲ ਮੇਰੇ ਤਿੰਨ ਹੋਰ ਗਾਣੇ ਆਉਣਗੇ ਮੈਂ ਹੁਣ ਇੱਕ ਪੰਜਾਬੀ ਗਾਣਾ ਇਸੇ ਮਹੀਨੇ ਰਿਕਾਰਡ ਕਰਨ ਲੱਗਾ ਉਹ ਅਗੇਨ ਲਵ ਸੌਂਗ ਹੈਗਾ ਸੇਮ ਜਸ ਜਿੱਦਾਂ ਗਲ ਔਨ ਫਲੀਕ ਹੈ ਉਹਦੇ ਬਾਅਦ ਮੈਂ ਇੱਕ ਹਿੰਦੀ ਗਾਣਾ ਲਿਖ ਰਿਹਾ ਅਤੇ ਨਾਲ ਇੱਕ ਰੈਪ ਗਾਣਾ ਵੀ ਲਿਖ ਰਿਹਾ ਤਿੰਨੋਂ ਗਾਣੇ ਅਸੀਂ ਸਾਲ ਦੇ ਅੰਦਰ ਆਉਣਗੇ ਇੱਕ ਸਮਰ ਦੇ ਅੰਦਰ ਆਏਗਾ ਇੱਕ ਫਾਲ ਦੇ ਟਾਈਮ ਆਏਗਾ ਸਪਟੈਂਬਰ ਅਕਤੂਬਰ ਦੇ ਕੋਲ ਦੀਵਾਲੀ 'ਤੇ ਅਤੇ ਇੱਕ ਦਸੰਬਰ ਦੇ ਅੰਦਰ ਆਏਗਾ ਅਤੇ ਤਿੰਨ ਗਾਣੇ ਹੋਰ ਪਾਈਪਲਾਈਨ 'ਚ ਹੈਗੇ ਆ ਜਿਹੜੇ ਕਿ ਇਸ ਸਾਲ ਆਉਣਗੇ ਜੀ ਜਿਸ ਤਰ੍ਹਾਂ ਆਪਾਂ ਪਲੈਨਿੰਗ ਕਰਦੇ ਹਾਂ ਗੀਤ ਜਿਸ ਤਰ੍ਹਾਂ ਤੁਸੀਂ ਹਾਲੇ ਇੱਕ ਗੀਤ ਆਇਆ ਵਾ ਪਰ ਉਸ ਤੋਂ ਇਲਾਵਾ ਜਦੋਂ ਆਪਾਂ ਨੂੰ ਸ਼ੌਂਕ ਹੁੰਦਾ ਸਿੰਗਿੰਗ ਦਾ ਈਵਨ ਭਾਵੇਂ ਡੀਜੇ ਜਾਂ ਡੀਜੇ ਤੋਂ ਬਾਅਦ ਡੀਜੇ ਦਾ ਬੀਟਸ ਦੇ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਆ ਕਿ ਇੱਕ ਬੀਟਸ ਦੇ ਨਾਲ ਚੱਲਣਾ ਚਲਾਉਣਾ ਕਿ ਉਹਨੂੰ ਰਿਦਮ ਦੇ ਵਿੱਚ ਰੱਖਣਾ ਪਾਰਟੀ ਨੂੰ ਉਹ ਉੱਥੇ ਬੜਾ ਵੱਡਾ ਇੱਕ ਜਿਹੜਾ ਡੀਜੇ ਦਾ ਜਿੱਥੇ ਕੰਮ ਮੇਨ ਜਿੱਥੇ ਅਸੀਂ ਦੇਖਦੇ ਹਾਂ ਜਿੱਥੇ ਸਾਡਾ ਐਕਸਪੀਰੀਅੰਸ ਹੈਗਾ ਆ ਕਿ ਉਹ ਰਿਦਮ ਅਤੇ ਬੀਟਸ ਦੇ ਨਾਲ ਲੈ ਕੇ ਚੱਲਣਾ ਇੱਕ ਗੀਤ ਨੂੰ ਦੂਜੇ ਗੀਤ ਨਾਲ ਜੋੜਨਾ ਤੀਜੇ ਗੀਤ ਨਾਲ ਜੋੜਨਾ ਅਤੇ ਉਸਦੇ ਵਿੱਚ ਤੁਸੀਂ ਜਿੱਥੇ ਆਪਣਾ ਗੀਤ ਗਾਇਆ ਉੱਥੇ ਤੁਹਾਡੇ ਕੋਈ ਫੇਵਰੇਟ ਸਿੰਗਰ ਹੋਣ ਜਾਂ ਉੱਦਾਂ ਕੋਈ ਗੀਤ ਕਈ ਵਾਰ ਤੁਸੀਂ ਆਪਾਂ ਕਈ ਪਾਰਟੀਜ਼ ਦੇ ਵਿੱਚ ਗਾ ਦਿੰਦੇ ਹਾਂ ਜੇ ਕੋਈ ਉਹ ਜ਼ਰੂਰ ਆਪਾਂ ਦਰਸ਼ਕਾਂ ਨੂੰ ਸੁਣਾਵਾਂਗੇ ਬਿਲਕੁਲ ਜੀ ਮੇਰੇ ਫੇਵਰੇਟ ਸਿੰਗਰ ਹੈਗੇ ਆ ਜੀ ਗੁਰੂ ਰੰਧਾਵਾ ਮੈਨੂੰ ਉਹਨਾਂ ਦੇ ਗਾਣੇ ਬੜੇ ਪਸੰਦ ਹੈਗੇ ਆ ਉਹ ਗਾਣੇ ਵੀ ਬਹੁਤ ਸੋਹਣਾ ਹੈ ਅਤੇ ਡੀਜੇ 'ਤੇ ਤਾਂ ਹਮੇਸ਼ਾ ਉਹਨਾਂ ਦੇ ਗਾਣੇ ਰੀਮਿਕਸ ਕਰਦੇ ਆ ਫਿਰ ਮੇਰਾ ਬੜਾ ਮਨ ਹੈ ਕਿ ਮੈਂ ਗਾ ਕੇ ਉਹਨਾਂ ਦੇ ਗਾਣੇ ਰੀਮਿਕਸ ਕਰਾਂ ਇੱਕ ਵਾਰੀ ਅਤੇ ਮੈਂ ਛੋਟੀ ਛੋਟੀ ਜਿਹੀ ਲਾਈਨ ਤੁਹਾਨੂੰ ਸੁਣਾਉਣਾ ਚਾਹਾਂਗਾ ਹਾਏ ਨੀ ਹਾਏ ਨਖਰਾ ਤੇਰਾ ਨੀ ਹਾਏ ਰੇ ਟਿੱਡ ਗੱਭਰੂ ਨੂੰ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕਦੇ ਹੁਲਾਰੇ ਹਾਏ ਨੀ ਹਾਏ ਨਖਰਾ ਤੇਰਾ ਨੀ ਹਾਏ ਰੇ ਟਿੱਡ ਗੱਭਰੂ ਨੂੰ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕਦੇ ਹੁਲਾਰੇ ਤੇਰੀ ਟੇਡੀ ਟੇਡੀ ਤੱਕਣੀ ਕਮਾਲ ਕਰ ਗਈ ਅੱਖਣਾ ਖਾਣਾ ਤੂੰ ਸਵਾਲ ਕਰ ਗਈ ਵੇਲੀ ਦੇ ਕਿੰਨੇ ਮਰਦੇ ਨੇ ਤੇ ਕਿੰਨੇ ਪਹਿਲਾਂ ਤੂੰ ਮਾਰੇ ਹਾਏ ਨੀ ਹਾਏ ਨਖਰਾ ਤੇਰਾ ਨੀ ਹਾਏ ਰੇ ਟਿੱਡ ਗੱਭਰੂ ਨੂੰ ਮਾਰੇ ਉਹ ਤੈਨੂੰ ਸੂਟ ਸੂਟ ਕਰਦਾ ਤੈਨੂੰ ਸੂਟ ਸੂਟ ਕਰਦਾ ਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗਣੀ ਤੂੰ ਸਾਰਿਆਂ ਤੂੰ ਵੱਖਣੀ ਤੈਨੂੰ ਸੂਟ ਸੂਟ ਕਰਦਾ ਇਸ਼ਾਰੇ ਤੇਰੇ ਕੰਗਣੇ ਦੇ ਤੇਰੀ ਕੇ ਦਿਲ ਮੰਗਣੇ ਦੇ ਮੇਰਾ ਵੀ ਦਿਲ ਚੋਰੀ ਕੀਤਾ ਫੈਨ ਤੇਰਾ ਬਣ ਗਿਆ ਓਏ ਹਾਏ ਰੇ ਟਿੜ ਤੇਰਾ ਯਾਰ ਤੂੰ ਲੱਗਦੀ ਏ ਲੈਂਬੋ ਕਾਰ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਬੇਬੀ ਗਰਲ ਬੇਬੀ ਜੀ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਜਦੋਂ ਆਪਣੇ ਇੰਨੇ ਜ਼ਿਆਦਾ ਗੀਤ ਆਏ ਨਹੀਂ ਹੁੰਦੇ ਆ ਉਸ ਦੇ ਵਿੱਚ ਫਿਰ ਕਿਤੇ ਨਾ ਕਿਤੇ ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ ਜਾਂ ਕੋਈ ਜਿਨ੍ਹਾਂ ਨੂੰ ਫੋਲੋ ਕਰਦੇ ਹਾਂ ਆਪਾਂ ਜਿਸ ਤਰ੍ਹਾਂ ਤੁਸੀਂ ਜਿਹੜੇ ਸਿੰਗਰ ਜਿਨ੍ਹਾਂ ਦੀ ਗੱਲ ਕੀਤੀ ਗੁਰੂ ਰੰਧਾਵਾ ਦੀ ਕਾਫੀ ਯੂਥ ਉਹਨਾਂ ਨੂੰ ਫੋਲੋ ਕਰਦੇ ਨੇ ਕਿਉਂਕਿ ਉਹ ਇੱਕ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਇੱਕ ਮੁਕਾਮ ਬਣਾਇਆ ਇੱਕ ਵੱਖਰੇ ਲੈਵਲ ਤੱਕ ਜਾਣਾ ਇੰਨੇ ਛੋਟੇ ਸਮੇਂ ਦੇ ਵਿੱਚ ਉਸਦੇ ਪਿੱਛੇ ਕਾਫੀ ਮਿਹਨਤ ਹੁੰਦੀ ਹੈ ਉਹ ਕਾਫੀ ਟੀਮ ਹੁੰਦੀ ਹੈ ਕਾਫੀ ਪਰਿਸ਼ਰਮ ਹੁੰਦਾ ਆ ਤੇ ਲੱਕ ਵੀ ਜ਼ਰੂਰ ਹੁੰਦਾ ਆ ਤੇ ਹੁਣ ਜਿਸ ਤਰ੍ਹਾਂ ਆਪਾਂ ਇਹ ਗੀਤ ਸੁਣੇ ਨੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਸੀਂ ਰੀਮਿਕਸ ਬਹੁਤ ਕੀਤੇ ਨੇ ਗੀਤ ਇਹਨਾਂ ਦੇ
ਤਾਂ ਉਸ ਤੋਂ ਇਲਾਵਾ ਤੁਹਾਡਾ ਹੈਗਾ ਵਾ ਕਿ ਤੁਸੀਂ ਕਵਰ ਵੀ ਕਰੋ ਕੋਈ ਨਾ ਕੋਈ ਇਹਨਾਂ ਦਾ ਜਾਂ ਹੋਰ ਕੋਈ ਗੀਤ ਹੈਗੇ ਨੇ ਕਵਰ, ਕਿਉਂਕਿ ਅੱਜ ਕੱਲ੍ਹ ਟ੍ਰੈਂਡ ਹੈਗਾ ਵਾ ਕਾਫੀ ਸਾਰੇ ਆਪਾਂ ਸਿੰਗਰਸ ਦੇਖਦੇ ਹਾਂ। ਈਵਨ ਇੱਕ ਦੋ ਸਿੰਗਰਸ ਦਾ ਮੈਂ ਨਾਂ ਲਵਾਂਗਾ ਜਿਹੜੇ ਕਿ ਪਾਪੂਲਰ ਸਿੰਗਰ ਨੇ, ਐਮੀ ਵਿਰਕ ਉਹਨਾਂ ਵੱਲ ਦੇਖ ਲਓ, ਜਾਂ ਉਹਨਾਂ ਨੇ ਵੀ ਕਵਰ ਕੀਤੇ ਨੇ। ਸੋ ਉਹ ਕਵਰ ਕਰਨ ਦੇ ਵਿੱਚ ਹਰਜ ਕੋਈ ਨਹੀਂ ਹੈਗਾ, ਕਿਉਂਕਿ ਕਵਰ ਦੇ ਨਾਲ ਇੱਕ ਆਲਰੇਡੀ ਲੋਕਾਂ ਨੇ ਸੁਣੇ ਹੁੰਦੇ ਨੇ ਗੀਤ, ਉਹਦੀ ਥੋੜ੍ਹੀ ਹੋਰ ਪਾਪੂਲਰਿਟੀ ਆਲਰੇਡੀ ਹੋਈ ਹੁੰਦੀ ਆ, ਤਾਂ ਉਹ ਲੋਕਾਂ ਨੂੰ ਥੋੜ੍ਹੇ ਕਿ ਹੁਣ ਇਸ ਚੀਜ਼ ਵੱਲ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੋਲ ਇੱਕ ਦੋ ਗੈਸਟ ਹੈਗੇ ਨੇ ਤਾਂ ਉਹ ਕਵਰ ਕਰਦੇ ਨੇ, ਇੱਕ ਪਾਕਿਸਤਾਨ ਤੋਂ ਨੇ ਇੱਕ ਇੰਡੀਆ ਤੋਂ, ਅਤੇ ਉਹ ਕਵਰ ਕਰਦੇ ਨੇ ਤਾਂ ਉਸ ਕਵਰ ਦੇ ਨਾਲ ਹੀ ਉਹਨਾਂ ਦੇ ਬੈਂਡ ਹੈਗੇ ਨੇ, ਬੈਂਡ ਦੇ ਵਿੱਚ ਜਾ ਕੇ ਜਿੱਦਾਂ ਕੋਕਾ ਕੋਲਾ ਇਸ ਤਰ੍ਹਾਂ ਉਹਨਾਂ ਨੇ ਬੈਂਡ ਬਣਾਏ ਨੇ ਕੋਕ ਸਟੂਡੀਓ ਵਾਂਗੂ, ਤਾਂ ਉੱਥੋਂ ਲਾਈਵ ਕਰਦੇ ਨੇ ਕਵਰ, ਤਾਂ ਉਹ ਵੀ ਇੱਕ ਟ੍ਰੈਂਡ ਹੈਗਾ। ਅਤੇ ਜਿਹੜੀ ਚੀਜ਼ ਦਾ ਟ੍ਰੈਂਡ ਹੋਵੇ ਉਸਦੇ ਨਾਲ, ਤੁਸੀਂ ਤਾਂ ਡੀਜੇ ਹੈਗੇ ਹੋ, ਤੁਹਾਡੇ ਲਈ ਤਾਂ ਕਵਰ ਇਸ ਇੱਕ ਕਵਰ ਰਿਕਾਰਡ ਕੀਤਾ ਨੇਹਾ ਕੱਕੜ ਦਾ ਸੌਂਗ ਹੈਗਾ ਮਿਲੇ ਹੋ ਤੁਮ, ਜੋ ਬੜਾ ਸੂਨ ਆਏਗਾ ਯੂਟਿਊਬ ਦੇ ਉੱਤੇ ਐਸੀ ਮਹੀਨੇ ਆ ਸ਼ਾਇਦ ਆ ਜਾਏ ਜੀ। ਤੇ ਫਿਰ ਆਪਾਂ ਸੁਣਾ ਦਈਏ ਦੋ ਲਾਈਨਾਂ। ਬਿਲਕੁਲ ਜੀ ਬਿਲਕੁਲ ਹਾਂਜੀ। ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ। ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ। ਤੇਰੀ ਤੇਰੀ ਖਵਾਹਿਸ਼ੋਂ ਮੈਂ ਕਿਤਨੇ ਤੜਪੇ ਹੈਂ, ਸਾਵਨ ਵੀ ਤੁਝ ਬਿਨ ਕਿਤਨੇ ਬਰਸੇ ਹੈਂ। ਮੇਰੀ ਜ਼ਿੰਦਗੀ ਮੇਂ ਸਾਰੀ ਜੋ ਵੀ ਕਮੀ ਥੀ, ਤੇਰੇ ਆ ਜਾਣੇ ਸੇ ਅਬ ਨਹੀਂ ਰਹੀ। ਸਦਾ ਹੀ ਰਹਿਣਾ ਤੁਮ ਮੇਰੇ ਕਰੀਬ ਹੋ ਕੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ। ਜੀ ਬਹੁਤ ਵਧੀਆ, ਬਹੁਤ ਵਧੀਆ ਗੀਤ ਗਾਇਆ ਤੁਸੀਂ, ਹਿੰਦੀ ਦੇ ਵਿੱਚ ਵੀ ਜਿੱਥੇ ਪੰਜਾਬੀ ਦੇ ਵਿੱਚ ਗਾਏ ਨੇ। ਸੋ ਅੱਜ ਕੱਲ੍ਹ ਸਾਰੇ ਮਿਕਸ ਮਾਹੌਲ ਚੱਲਦੇ ਨੇ ਆਪਣੇ, ਜਿੰਨੇ ਵੀ ਮੋਸਟਲੀ ਪੋਪ ਸਟਾਰ ਨੇ ਈਵਨ ਜਿਹੜੇ ਉਹ ਮਿਕਸ ਚੱਲਦੇ ਨੇ ਅੱਜ ਕੱਲ੍ਹ, ਕਿ ਹਿੰਦੀ ਵੀ ਤਾਂ ਪੰਜਾਬੀ ਵੀ, ਫੋਕ ਵੀ, ਹਿਪ ਹੋਪ ਵੀ, ਰੈਪ ਵੀ, ਇਸ ਦਾ ਜ਼ਮਾਨਾ ਹੈਗਾ ਵਾ, ਇੱਕ ਟ੍ਰੈਂਡ ਹੈਗਾ ਵਾ, ਅਤੇ ਬਸ ਸਾਫ਼ ਸੁਥਰੀ ਗਾਇਕੀ ਹੋਣੀ ਚਾਹੀਦੀ ਆ, ਬਾਕੀ ਸਾਰਾ ਕੁਝ ਚੱਲਦਾ ਆ। ਅਤੇ ਦੂਜਾ ਇੱਕ ਮੈਂ ਹੋਰ ਗੱਲ ਕਰਨੀ ਚਾਹਾਂਗਾ, ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿੱਥੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੰਮ ਬਾਰੇ, ਪ੍ਰੋਫੈਸ਼ਨ ਬਾਰੇ, ਆਪਾਂ ਹੋਬੀ ਬਾਰੇ, ਲਾਈਕ ਤੁਹਾਡੇ ਤੁਹਾਡੀ ਜਿੱਥੇ ਇਹ ਸਿੰਗਿੰਗ ਤੁਹਾਡੀ ਹੋਬੀ ਆ, ਅਤੇ ਐਜ਼ ਏ ਪ੍ਰੋਫੈਸ਼ਨ ਹੋਰ ਤੁਹਾਡੇ ਕੀ ਕੰਮ ਕਾਜ ਨੇ, ਹੋਰ ਤੁਸੀਂ ਕੀ ਕਰਦੇ ਹੋ? ਜੀ ਮੇਰੀ ਆਪਣੀ ਡਿਵੈਲਪਮੈਂਟ ਕੰਪਨੀ ਹੈ, ਮੈਂ ਘਰ ਪੁਰਾਣੇ ਖਰੀਦ ਕੇ ਉਹਨਾਂ ਨੂੰ ਫਿਕਸ ਕਰਕੇ ਵੇਚਦਾ, ਅਤੇ ਇਹ ਮੇਰਾ ਪ੍ਰੋਫੈਸ਼ਨਲ ਕੰਮ ਇਹ ਹੈਗਾ ਕਿ ਮੈਂ ਆਪਣੇ ਘਰ ਨਏ ਵੀ ਬਣਾਉਂਦਾ ਅਤੇ ਪੁਰਾਣਿਆਂ ਨੂੰ ਫਿਕਸ ਕਰਕੇ ਵੇਚਦਾ। ਇਹ ਕਿਹੜੀ ਜਗ੍ਹਾ 'ਤੇ? ਲੌਂਗ ਆਈਲੈਂਡ, ਜ਼ਿਆਦਾਤਰ ਨਿਊਯਾਰਕ 'ਚ ਜੀ। ਸਾਡੇ ਕਾਫੀ ਮਹਿਮਾਨ ਨੇ ਸਾਡੇ ਚੈਨਲ ਦੇ ਉੱਪਰ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ ਨੇ, ਉਹ ਵੀ ਅਕਸਰ ਆਉਂਦੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਨੂੰ ਵੀ ਉਸ ਲੈਵਲ 'ਤੇ ਵੀ ਲੈ ਕੇ ਆਵਾਂਗੇ ਐਜ਼ ਆ ਤੁਹਾਡੇ ਪ੍ਰੋਫੈਸ਼ਨ ਵੱਲੋਂ ਵੀ, ਜਿੱਥੇ ਆਪਾਂ ਐਜ਼ ਏ ਹੋਬੀ ਵੱਲੋਂ, ਹੋਬੀ ਵੀ ਕਈ ਵਾਰ ਕੀ ਹੁੰਦਾ ਕਿ ਹੋਬੀ ਹੁੰਦੀ ਆ, ਹੋਬੀ ਵੀ ਹੌਲੀ ਹੌਲੀ ਪ੍ਰੋਫੈਸ਼ਨ ਵੱਲ, ਜਿੱਦਾਂ ਹੁਣ ਤੁਸੀਂ ਹੋਬੀ 'ਚੋਂ ਹੋਬੀ ਦੇ ਵਿੱਚ ਵੀ ਪ੍ਰੋਫੈਸ਼ਨ ਵੱਲ ਆ ਗਏ ਆ। ਜਦੋਂ ਇੱਕ ਵਾਰ ਤੁਸੀਂ ਕੋਈ ਵੀ ਡੈਬਿਊ ਕਰਦੇ ਆ ਮਾਰਕੀਟ ਦੇ ਵਿੱਚ, ਕੋਈ ਪ੍ਰੋਡਕਟ ਲੈ ਕੇ ਆਉਂਦੇ ਆ, ਉੱਤੇ ਇਨਵੈਸਟਮੈਂਟ ਕਰਦੇ ਹਾਂ, ਤਾਂ ਫਿਰ ਉਹ ਵੀ ਇੱਕ ਪ੍ਰੋਫੈਸ਼ਨਲ ਪ੍ਰੋਫੈਸ਼ਨ ਦੇ ਵਿੱਚ ਹੀ ਆ ਜਾਂਦਾ ਆ ਹੋਬੀ ਤੋਂ ਬਾਅਦ ਦੇ ਵਿੱਚ। ਹਾਂਜੀ ਬਿਲਕੁਲ ਜੀ। ਅਤੇ ਆਪਾਂ ਅੱਜ ਕੱਲ੍ਹ ਦੇ ਜਿਹੜੇ ਆਪਣੇ ਨੌਜਵਾਨ ਨੇ, ਯੂਥ ਨੇ, ਕਈ ਇਸ ਫੀਲਡ ਵੱਲ ਵੀ ਆਉਣਾ ਚਾਹੁੰਦੇ ਨੇ, ਹੋਰ ਕੰਮਾਂ 'ਚ ਵੀ ਹੈਗੇ ਨੇ, ਜਿਸ ਤਰ੍ਹਾਂ ਕਿਉਂਕਿ ਆਪਾਂ ਕੋਈ ਪ੍ਰੋਗਰਾਮ ਹੈਗਾ ਉਹਦੇ ਰਾਹੀਂ ਜੇ ਆਪਾਂ ਕੋਈ ਮੈਸੇਜ ਦੇਣਾ ਚਾਹੁੰਦਾ ਚਾਹੀਏ, ਤਾਂ ਉਹ ਹਰ ਸ਼ੋਅ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਮੈਂ, ਕਿਉਂਕਿ ਜਦੋਂ ਦੀ ਆਪਣੀ ਗੱਲਬਾਤ ਸ਼ੁਰੂ ਹੋਈ ਆਪਾਂ 16 ਸਾਲ ਤੋਂ ਸ਼ੁਰੂਆਤ ਕਰਦੇ ਹਾਂ, ਅਤੇ ਹੁਣ ਅੱਜ ਤੱਕ ਦੀ ਗੱਲ ਕਰਦੇ ਹਾਂ, ਇੱਕ ਸਕੂਲ ਹਾਈ ਸਕੂਲ ਤੋਂ ਕਾਲਜ ਤੋਂ ਬਾਅਦ ਐਸੋਸੀਏਟ, ਉਸ ਤੋਂ ਬਾਅਦ ਦੇ ਵਿੱਚ ਚਲੋ ਉਹ ਮੀਨ ਟਾਈਮਿੰਗ ਪਾਰਟ ਟਾਈਮ ਤੁਸੀਂ ਡੀਜੇ ਨਾਲ ਕੰਮ ਕੀਤਾ, ਫਿਰ 2005 ਦੇ ਵਿੱਚ ਐਜ਼ ਪ੍ਰੋਫੈਸ਼ਨ ਲਾਈਕ ਤੁਸੀਂ ਡੀਜੇ ਫੀਲਡ ਦੇ ਵਿੱਚ ਆਏ, ਉਸ ਤੋਂ ਨਾਲ ਨਾਲ ਜਿੱਥੇ ਤੁਸੀਂ ਦੂਜੇ ਹੋਰ ਵੀ ਕੰਮਾਂ ਕਾਜਾਂ ਦੇ ਵਿੱਚ ਪਾਰਟ ਲਿਆ ਵਾ, ਅਤੇ ਉਸਦੇ ਨਾਲ ਨਾਲ ਦੋਵੇਂ ਚੀਜ਼ਾਂ ਨੂੰ ਰੱਖਿਆ, ਅਤੇ ਉਸਦੇ ਨਾਲ ਫੈਮਿਲੀ, ਬੱਚੇ,
हर चीज़ नू मेनटेन रखना है उस चीज़ के एक्सपीरियंस बारे आप जरूर दर्शकों दसांगे लास्ट वाले सैगमेंट के विच ते होर एक दो गल्लां जरूर करांगे। सो दर्शकों जिस तरह की वेला हो चलिया ब्रेक का क्योंकि ब्रेक सानू लैनी पैंदी है प्रोग्राम का एक पार्ट हुंदा वा जिस दे विच साडे जिहड़े जिन्हों का असी ब्रेक के जदों ब्रेक तो बाद आ के असी कहांगे कि तुसीं वी साडे प्रोग्राम का जो हिस्सा बनना चाहुंदे हो तो ब्रेक के साडे प्रोग्राम का जिहड़ा हिस्सा बने ने साडे जस परिवार का हिस्सा बने ने रोज़मर्रा का हिस्सा बने ने उन्हां नूं असी दिखाउणा हुंदा है उस ब्रेक के। सो जायो किते ना इस तरह जुड़े रहो साडे नाल मिलदे हां एक छोटी जी ब्रेक तो बाद। सत श्री अकाल दर्शको स्वागत है एक बार फिर ब्रेक तो बाद प्रोग्राम दिल दीआं गल्लां दे विच फिलाडेल्फिया पेंसिलवेनिया दे स्टूडियो राहीं स्टूडियो तो असीं जस पंजाबी दे माध्यम राहीं तुहाडे नाल जुड़े हाँ ते जे तुसीं वी साडे इस प्रोग्राम दा हिस्सा बनना चाहुंदे हो तां nick@jasbroadcasting.com दे उपर साडे नाल संपर्क कर सकदे हो जां फिर info@jasbroadcasting दे उपर साडे नाल संपर्क करके ਤੁਹਾਡਾ ਕੋਈ ਵੀ ਕਾਰੋਬਾਰ ਹੈ ਕੋਈ ਬਿਜ਼ਨਸ ਹੈ ਕੋਈ ਵੀ ਟੈਲੈਂਟ ਹੈ ਕੋਈ ਵੀ ਈਵੈਂਟ ਹੈਗਾ ਵਾ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ ਸਾਡੇ ਨਾਲ ਸਾਡੇ ਜਸ ਪਰਿਵਾਰ ਦੇ ਨਾਲ ਜੁੜ ਕੇ ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਵੀ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਥੱਲੇ ਲਿਖੇ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ। ਸਾਡੇ ਨਾਲ ਅੱਜ ਦੇ ਜਿਹੜੇ ਮਹਿਮਾਨ ਨੇ DJ SM ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੌਰਵ ਜਦੋਂ ਆਪਾਂ ਗੱਲ ਜਿੱਥੇ ਕਰ ਰਹੇ ਸੀਗੇ ਕਿ ਉਸ ਤੋਂ ਬਾਅਦ ਬ੍ਰੇਕ ਆ ਗਈ ਕਿ ਇੰਨੇ ਸਾਰੇ ਕੰਮਾਂ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਇੱਕ ਡਿਵੈਲਪਮੈਂਟ ਕੰਪਨੀ ਵੀ ਖੋਲ੍ਹਣ ਲਈ ਜਿੱਥੇ ਆਪਣੇ ਸ਼ੌਂਕ ਦੇ ਨਾਲ ਵੀ ਆਪਣੇ ਉਹਦੇ ਨਾਲ ਵੀ ਜੁੜੇ ਰਹਿਣਾ ਇੰਨਾ ਲੰਬਾ ਸਮਾਂ ਮਿਊਜ਼ਿਕ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਸੌਂਗ ਭਾਵੇਂ ਹੁਣ ਆਇਆ ਵਾ ਪਰ ਜਦੋਂ ਦੇ ਇੱਕ ਵਾਰ ਤੁਸੀਂ ਮਿਊਜ਼ਿਕ ਨਾਲ ਜੁੜ ਗਏ ਆ ਉਦੋਂ ਦੇ ਜੁੜੇ ਰਹੇ ਆ ਭਾਵੇਂ ਸਾਊਂਡ ਰਾਹੀਂ DJ ਰਾਹੀਂ ਹੋਰ ਕਾਫੀ ਤਰੀਕੇ ਦੇ ਪਾਰਟੀਜ਼ ਦੇ ਰਾਹੀਂ ਅਤੇ ਉਹਦੇ ਵਿੱਚ ਆ ਮੈਸੇਜ ਕੀ ਦੇਣਾ ਚਾਹੋਗੇ ਕਿ ਜਦੋਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਇੱਕੋ ਕੰਮ ਆ ਉਹ ਆ ਜਿੱਥੇ ਹੁਣ ਜਿੱਦਾਂ ਆਪਾਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਕਿ ਮਿਊਜ਼ਿਕ ਇੰਡਸਟਰੀ ਜਿਸ ਤਰ੍ਹਾਂ ਜਾਂ ਕੋਈ ਵੀ ਐਂਟਰਟੇਨਮੈਂਟ ਇੰਡਸਟਰੀ ਇਫੈਕਟਿਵ ਹੋਈ ਆ ਉਸ ਦੇ ਨਾਲ ਜਿੱਥੇ ਤੁਹਾਡੀ ਡਿਵੈਲਪਮੈਂਟ ਕੰਪਨੀ ਸੀਗੀ ਉੱਥੇ ਤੁਹਾਨੂੰ ਕੋਈ ਇੰਨਾ ਫਰਕ ਨਹੀਂ ਪਿਆ ਹੋਏਗਾ ਅਤੇ ਉਸ ਦੇ ਨਾਲ ਇੰਨੀਆਂ ਚੀਜ਼ਾਂ ਦੇ ਰੁਝੇਵਿਆਂ ਦੇ ਵਿੱਚ ਰਹਿ ਕੇ ਫਿਰ ਘਰ ਨੂੰ ਵੀ ਟਾਈਮ ਦੇਣਾ ਉਹ ਆਪਾਂ ਆਪਣੇ ਆਉਣ ਵਾਲੇ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹਾਂਗੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਰਹਿ ਕੇ ਸਾਰਾ ਕੁਝ ਕਿੱਦਾਂ ਪੋਸੀਬਲ ਹੈ। ਮੈਂ ਸਾਰੇ ਯੂਥ ਨੂੰ ਇੱਕੋ ਗੱਲ ਕਹਿਣੀ ਚਾਹਾਂਗਾ, ਪਹਿਲਾਂ ਤਾਂ ਕੰਮ ਉਹ ਕਰੋ ਜੋ ਤੁਹਾਨੂੰ ਪਸੰਦ ਹੋਵੇ, ਜੇ ਤੁਸੀਂ ਨਹੀਂ ਕਰ ਸਕਦੇ ਆਪਣੇ ਸੁਪਨੇ ਦੇਖਣੇ ਕਦੀ ਨਾ ਛੱਡੋ ਅਤੇ ਆਪਣੇ ਸੁਪਨਿਆਂ ਦੇ ਵੱਲ ਸਟੈਪ ਜ਼ਰੂਰ ਲਓ। ਪਹਿਲਾ ਸਟੈਪ ਲੈਣਾ ਮੁਸ਼ਕਿਲ ਜ਼ਰੂਰ ਹੁੰਦਾ ਬਟ ਉਹ ਤੁਹਾਨੂੰ ਅੱਗੇ ਹੀ ਲੈ ਕੇ ਜਾਏਗਾ, ਪਿੱਛੇ ਨਹੀਂ ਲੈ ਕੇ ਜਾਏਗਾ। ਅਤੇ ਸੁਪਨੇ ਦੇਖਣਾ ਨਾ ਛੱਡਿਓ, ਸੁਪਨੇ ਤੁਹਾਨੂੰ ਬੜੇ ਅੱਗੇ ਤੱਕ ਲੈ ਕੇ ਜਾਣਗੇ। ਡ੍ਰੀਮਸ ਡੂ ਕਮ ਟਰੂ। ਜੀ ਜੀ, ਸੁਪਨੇ ਵੀ ਦੇਖੋ, ਸੁਪਨਿਆਂ ਦੇ ਨਾਲ ਮਿਹਨਤ ਵੀ ਕਰੋ ਅਤੇ ਸੁਪਨੇ ਵੀ ਦੋ ਤਰੀਕੇ ਦੇ ਹੁੰਦੇ ਨੇ ਦਰਸ਼ਕੋ, ਅਤੇ ਇੱਕ ਸੁਪਨਾ ਜਿਹੜਾ ਇਹਨਾਂ ਨੇ ਦੇਖਿਆ ਸੀਗਾ ਇੰਨੇ ਅਰਸੇ ਬਾਅਦ ਭਾਵੇਂ ਆਏ ਨੇ ਲੱਗੇ ਰਹੇ ਨੇ ਜੁੜੇ ਰਹੇ ਨੇ ਉਹ ਸੁਪਨਾ, ਕਿਉਂਕਿ ਇੰਨੀ ਲੰਬੀ ਮਿਹਨਤ ਕੀਤੀ ਹੈ ਇਹਨਾਂ ਨੇ ਅਤੇ ਉਹ ਸੁਪਨਾ ਪੂਰਾ ਕੀਤਾ ਆ। ਸੋ ਆਪਾਂ ਸੁਪਨੇ ਬਹੁਤ ਸਾਰੇ ਦੇਖਦੇ ਹਾਂ ਅਤੇ ਉਹ ਕਈ ਤਰੀਕਿਆਂ ਦੇ ਸੁਪਨੇ ਹੁੰਦੇ ਨੇ, ਪਰ ਜਿਹੜੇ ਸੁਪਨੇ ਦੀ ਇਹ ਗੱਲ ਕਰਦੇ ਨੇ ਉਹਦੇ ਪਿੱਛੇ ਬੜੀ ਮਿਹਨਤ ਹੁੰਦੀ ਹੈ। ਸੋ ਸੁਪਨਾ ਦੇਖੋ, ਮਿਹਨਤ ਕਰੋ, ਉਸਦੇ ਪਿੱਛੇ ਭੱਜੋ ਅਤੇ ਤੁਸੀਂ ਜ਼ਰੂਰ ਉਹਨੂੰ ਇੱਕ ਨਾ ਇੱਕ ਦਿਨ ਉਸ ਬੁਲੰਦੀ ਨੂੰ ਜ਼ਰੂਰ ਛੂਵੋਗੇ। ਹਾਂਜੀ। ਸੇ ਆਪਾਂ ਜਿੱਥੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ, ਤੁਸੀਂ ਦਿੱਲੀ 'ਤੇ ਹੋ, ਤੁਸੀਂ ਨੋਟਿਸ ਵੀ ਕਰ ਰਹੇ ਹੋ ਕਿ ਮੇਰੇ ਸ਼ੋਲਡਰ ਦੇ ਉੱਪਰ ਗ੍ਰੀਨ ਅਸੀਂ ਰਿਬਨ ਬੰਨਿਆ ਹੁੰਦਾ ਆ, ਇੱਕ ਸਾਡੇ ਜਿਹੜੇ ਦਿੱਲੀ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਕਰ ਰਹੇ ਨੇ ਇਸ ਟਾਈਮ, ਪਰ ਖਾਸ ਤੌਰ 'ਤੇ ਦਿੱਲੀ ਬਾਰਡਰ ਦੇ ਉੱਪਰ ਜਿਹੜੇ ਸਾਡੇ ਕਿਸਾਨ ਵੀਰ ਭੈਣ ਭਰਾ ਮਾਤਾਵਾਂ ਬੱਚੇ ਜਿਹੜੇ ਕਿ ਪੂਰੇ ਇੰਡੀਆ ਤੋਂ ਕੀ ਹੁਣ ਤਾਂ ਪੂਰੀ ਦੁਨੀਆ ਤੋਂ ਇੱਥੋਂ ਵੀ ਗਏ ਨੇ, ਕੈਨੇਡਾ ਤੋਂ ਵੀ ਗਏ ਨੇ, ਆਸਟ੍ਰੇਲੀਆ ਤੋਂ ਵੀ ਗਏ ਨੇ, ਉਹ ਜਾ ਕੇ ਉੱਥੇ UK ਤੋਂ ਵੀ ਗਏ ਨੇ, ਜਾ ਕੇ ਉੱਥੇ ਧਰਨੇ ਦੇ ਵਿੱਚ ਬੈਠੇ ਨੇ ਜਿੱਥੇ ਸਾਡੇ ਉੱਥੇ ਲੋਕਲ ਕਿਸਾਨ ਮਜ਼ਦੂਰ ਜਾਂ ਹੋਰ ਵੀ ਉਸ ਕਿੱਤੇ ਦੇ ਨਾਲ ਜੁੜੇ ਹੋਏ ਨੇ ਜਿੱਥੇ ਉਹ ਬੈਠੇ ਨੇ ਉੱਥੇ ਇੱਥੋਂ ਦੇ ਜਿਹੜੇ ਸਾਡੇ NRIs ਨੇ ਇਹਨਾਂ ਦੀ ਬਹੁਤ ਵੱਡੀ ਸਪੋਰਟ ਹੈ, ਉਹਨਾਂ ਨੂੰ ਉਹਨਾਂ ਦੀ ਪੂਰੀ ਹੈਲਪ ਕਰ ਰਹੇ ਨੇ ਉੱਥੇ ਜਾ ਕੇ ਵੀ, ਅਤੇ ਜਿਹੜੇ ਨਹੀਂ ਜਾ ਸਕਦੇ ਇਹਨਾਂ ਨਹੀਂ ਜਾਣਾ ਚਾਹੁੰਦੇ ਇੱਥੇ ਰਹਿ ਕੇ ਵੀ ਕਰ ਰਹੇ ਨੇ, ਤਾਂ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਜੀ, ਮੇਰਾ ਵਿਚਾਰ ਹੈ ਸਾਡਾ ਦੇਸ਼ ਫਾਰਮਰਸ ਦੇ ਉੱਤੇ ਹੀ ਚੱਲਦਾ ਹੈ ਅਤੇ ਜੇ ਫਾਰਮਰਸ ਦੇ ਖੁਸ਼ ਨਹੀਂ ਹੋਣਗੇ ਤਾਂ ਦੇਸ਼ ਅੱਗੇ ਕਿਸ ਤਰ੍ਹਾਂ ਜਾਏਗਾ। ਅਸੀਂ ਵੀ ਆਪਣੇ ਫਾਰਮਰਸ ਨੂੰ ਪੂਰਾ ਸਪੋਰਟ ਇਸ ਤਰ੍ਹਾਂ ਇੱਧਰੋਂ ਕਰ ਰਹੇ ਹਾਂ, ਅਸੀਂ ਬਹੁਤ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਾਂ ਅਵੇਅਰਨੈਸ ਵਧਾਉਣ ਦੇ ਲਈ, ਜਿੰਨਾ ਤੋਂ ਜਿੰਨਾ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਹੋਏ ਤਾਂ ਹੀ ਦੇਸ਼ ਅੱਗੇ ਜਾਏਗਾ। ਤੁਸੀਂ ਦੇਖ ਰਹੇ ਹੋ ਕਿੰਨੇ ਲੋਕ ਉੱਥੇ ਬੈਠੇ ਆ ਜਿਹੜੇ
ਅੱਜ ਮੈਂ ਮੇਰੇ ਖਿਆਲ ਨਾਲ 3 ਮਹੀਨੇ ਹੋ ਚੁੱਕੇ ਆ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਅਤੇ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਅਤੇ ਮੈਂ ਸਰਕਾਰ ਨੂੰ ਗੁਜ਼ਾਰਿਸ਼ ਹੀ ਕਰ ਸਕਦਾ ਕਿ ਗੱਲਬਾਤ ਕਰਨ ਫਾਰਮਰਸ ਦੇ ਨਾਲ ਅਤੇ ਇਸ ਸਿਚੁਏਸ਼ਨ ਨੂੰ ਜਲਦੀ ਹੈਂਡਲ ਕਰਨ ਕਿਉਂਕਿ ਅਗੇਨ ਫਾਰਮਰਸ ਦੇ ਨਾਲ ਹੀ ਸਾਡਾ ਦੇਸ਼ ਚੱਲਦਾ ਹੈ ਜੇ ਫਾਰਮਰਸ ਹੀ ਖੁਸ਼ ਨਹੀਂ ਹੋਣਗੇ ਤਾਂ ਦੇਸ਼ ਅੱਗੇ ਕਿਸ ਤਰ੍ਹਾਂ ਜਾਏਗਾ ਜੀ ਜੀ ਕਿਉਂਕਿ ਜਿੱਥੇ ਜਦੋਂ ਵੀ ਕੋਈ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਆਪਾਂ ਜਿਸ ਮੁਲਕ 'ਚੋਂ ਆਏ ਹਾਂ ਜੇ ਉਸ ਮੁਲਕ ਦੇ ਵਿੱਚ ਕੋਈ ਪ੍ਰੋਬਲਮਸ ਨੇ ਕੋਈ ਸੰਕਟ ਨੇ ਅਤੇ ਜਦੋਂ ਆਪਾਂ ਓਵਰਸੀਜ਼ ਬਹਿ ਕੇ ਕੋਈ ਮੈਸੇਜ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹਾਂ ਤਾਂ ਉਹ ਸਾਡਾ ਫਰਜ਼ ਬਣਦਾ ਆ ਜੇ ਆਪਾਂ ਉਸ ਦੇ ਵਿੱਚੋਂ ਚੰਨ ਲਮਹੇ ਜਿਹੜੇ ਆ ਆਪਾਂ ਉਹਨਾਂ ਦੇ ਲਈ ਭੇਟ ਕਰ ਦਈਏ ਕਿਉਂਕਿ ਉਹ ਆਵਾਜ਼ ਆ ਪੂਰੀ ਦੁਨੀਆ ਤੱਕ ਜਾਂਦੀ ਹੈ ਅਤੇ ਹਾਲਾਂਕਿ ਆਵਾਜ਼ ਜਿਹੜੀ ਇੰਨੀ ਉੱਪਰ ਚਲੀ ਗਈ ਹੈ ਕਿ ਪੂਰੀ ਦੁਨੀਆ ਦੇ ਵਿੱਚ ਗੂੰਜ ਰਹੀ ਹੈ ਉਹ ਆਵਾਜ਼ ਜਿਹੜਾ ਉਹ ਮੋਰਚਾ ਹੈਗਾ ਵਾ ਅਤੇ ਉਸ ਦੇ ਵਿੱਚ ਅਸੀਂ ਵੀ ਉਹਨਾਂ ਦੇ ਨਾਲ ਹਰ ਤਰ੍ਹਾਂ ਅਸੀਂ ਉਹਨਾਂ ਦੇ ਜਿੰਨੇ ਵੀ ਅਸੀਂ ਐਂਕਰ ਨੇ ਜਿੰਨੇ ਵੀ ਸ਼ੋਅਜ਼ ਆਉਂਦੇ ਨੇ ਜਸ ਪਰਿਵਾਰ ਪੂਰਾ ਉਹਨਾਂ ਦੇ ਨਾਲ ਆ ਸਾਡੀ ਟੀਮ ਇੱਥੋਂ ਵੀ ਗਈ ਆ ਅਤੇ ਜਾਂਦੇ ਆਉਂਦੇ ਰਹਿੰਦੇ ਆ ਅਤੇ ਉਹ ਉਹਨਾਂ ਦਾ ਵੀ ਬੜਾ ਇੱਕ ਵੱਡਾ ਯੋਗਦਾਨ ਹੈਗਾ ਵਾ ਇਸ ਦੇ ਵਿੱਚ ਅਤੇ ਉਹ ਬਸ ਉਹ ਸਾਰੇ ਦਰਸ਼ਕਾਂ ਦੀ ਰਿਸਪੋਂਸ ਦਾ ਕਰਕੇ ਸਾਨੂੰ ਹਿੰਮਤ ਮਿਲਦੀ ਆ ਅਤੇ ਜਿੰਨਾ ਵੀ ਵੱਧ ਤੋਂ ਵੱਧ ਸਾਥ ਜਿਹੜੇ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਸੁਣ ਰਹੇ ਨੇ ਉਹ ਜ਼ਰੂਰ ਉਹਨਾਂ ਦੀ ਜਿੱਥੇ ਜਿੰਨੀ ਵੀ ਸਪੋਰਟ ਹੋ ਸਕਦੀ ਆ ਕਰੋ ਕਿਉਂਕਿ ਸਾਡੇ ਇੱਥੇ ਸੈਟਰਡੇ ਨੂੰ ਇੱਕ ਰੈਲੀ ਸੀਗੀ ਉਸਦੇ ਵਿੱਚ ਜਿਹੜੇ ਯੂਥ ਸੀਗੇ ਸਾਡੇ ਜਿਹੜੇ ਕਿ ਮਿਡਲ ਸਕੂਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਲੈਵਲ ਤੱਕ ਦੇ ਯੂਥ ਨੇ ਇੱਕ ਪਰੇਡ ਕਾਰ ਰੈਲੀ ਅਰੇਂਜ ਕੀਤੀ ਸੀ ਬੜੀ ਵਧੀਆ ਤਰੀਕੇ ਦੇ ਨਾਲ ਅਤੇ ਉਸ ਦੇ ਵਿੱਚ ਕੱਲ੍ਹ ਨੂੰ ਦਰਸ਼ਕਾਂ ਨੂੰ ਜ਼ਰੂਰ ਉਹਦੀਆਂ ਝਲਕੀਆਂ ਦਿਖਾਵਾਂਗੇ ਅਤੇ ਉੱਥੇ ਸਾਨੂੰ ਮਾਣ ਹਾਸਲ ਹੁੰਦਾ ਹੈ ਕਿ ਸਾਡਾ ਜਿਹੜਾ ਯੂਥ ਹੈਗਾ ਵਾ ਪਹਿਲੀ ਵਾਰ ਹੋਇਆ ਵਾ ਵਰਲਡ ਵਾਈਡ ਕੋਈ ਵੀ ਕਿਸੇ ਕੰਟਰੀ ਦੇ ਵਿੱਚ ਇਹੋ ਜਿਹਾ ਕੋਈ ਸੰਘਰਸ਼ ਕਿਸੇ ਤਰੀਕੇ ਦਾ ਵੀ ਹੋਇਆ ਹੋਵੇ ਤਾਂ ਉਸਨੂੰ ਓਵਰਸੀਜ਼ ਜਿਹੜੇ NRI ਯੂਥ ਜਿੱਥੇ ਇੰਨਾ ਵੱਡੇ ਲੈਵਲ 'ਤੇ ਸਪੋਰਟ ਕਰ ਰਹੇ ਨੇ ਅਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਚੀਜ਼ਾਂ ਹੋਈਆਂ ਅਤੇ ਜਦੋਂ ਯੂਥ ਜਾਗ ਪੈਂਦਾ ਆ ਅਤੇ ਫਿਰ ਉਹ ਥੋੜ੍ਹਾ ਜਿਹਾ ਡਿਫਰੈਂਟ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਨਾ ਪੈਂਦਾ ਆ ਤਾਂ ਅਸੀਂ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜਿੰਨੀ ਜਲਦੀ ਇਹ ਮਸਲਾ ਹੱਲ ਹੋ ਜਾਵੇ ਅਤੇ ਕਿਉਂਕਿ ਜਦੋਂ ਯੂਥ ਜਾਗ ਪੈਂਦਾ ਆ ਅਤੇ ਯੂਥ ਅਜੇ ਤੱਕ ਜਿੱਥੇ ਆਪਾਂ ਦੇਖਦੇ ਸੀਗੇ ਕਿ ਇੱਕ ਇੱਕ ਉਮਰ ਲੈਵਲ ਜਾਂ ਇੱਕ ਕੰਟਰੀ ਲੈਵਲ ਜਾਂ ਇੱਕ ਇੰਡੀਆ ਲੈਵਲ ਦੇ ਉੱਪਰ ਹੀ ਸੀਗਾ ਅਤੇ ਹੁਣ ਵਰਲਡ ਵਾਈਡ ਹੈਗਾ ਵਾ ਇਸ ਦੇ ਵਿੱਚ ਸਪੋਰਟ ਜਿਹੜੀ ਹੈਗੀ ਆ ਅਤੇ ਸਾਨੂੰ ਵੀ ਅੱਛਾ ਲੱਗਦਾ ਹੈ ਜਦੋਂ ਕੋਈ ਉਸ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਗੱਲਬਾਤ ਨੂੰ ਅੱਗੇ ਕਿੰਨੇ ਸਿੰਗਰ ਉਸ ਬਾਰੇ ਗਾਣੇ ਲਿਖ ਰਹੇ ਹੈਗੇ ਆ ਕਿੰਨੇ ਸਿਰਫ ਸਿੰਗਰ ਹੀ ਨਹੀਂ ਕਿੰਨੇ ਹਾਲੀਵੁੱਡ ਦੇ ਸੈਲੀਬ੍ਰਿਟੀ ਪੂਰੀ ਮੂਵਮੈਂਟ ਨੂੰ ਸਪੋਰਟ ਕਰ ਰਹੇ ਆ ਅਤੇ ਮੈਂ ਸਾਰੇ ਦਰਸ਼ਕਾਂ ਨੂੰ ਤੁਹਾਡੇ ਰਿਕੁਐਸਟ ਕਰਾਂਗਾ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਜਾਓ ਅਵੇਅਰਨੈਸ ਵਧਾਓ ਕੁਛ ਨਹੀਂ ਤੁਸੀਂ ਰੈਲੀਆਂ 'ਤੇ ਨਹੀਂ ਜਾ ਸਕਦੇ ਪ੍ਰੋਟੈਸਟ 'ਤੇ ਨਹੀਂ ਜਾ ਸਕਦੇ ਬਟ ਤੁਸੀਂ ਲਿਖ ਤਾਂ ਸਕਦੇ ਹੋ ਅਤੇ ਲਿਖੋ ਜਿੱਥੇ ਵੀ ਤੁਸੀਂ ਜਾ ਕੇ ਲਿਖ ਸਕਦੇ ਹੋ ਉਹਦੇ ਵੱਲ ਅਵੇਅਰਨੈਸ ਵਧਾਓ ਜੀ ਵੱਖਰੇ ਵੱਖਰੇ ਮਾਧਿਅਮ ਨੇ ਟਵਿੱਟਰ ਨੇ ਹੋਰ ਵੀ ਬਹੁਤ ਸਾਰੇ ਮਾਧਿਅਮ ਨੇ ਫੇਸਬੁੱਕ ਹੈ ਜਿੱਥੇ ਜਿੱਥੇ ਵੀ ਤੁਸੀਂ ਜਾ ਕੇ ਲਿਖ ਸਕਦੇ ਹੋ ਸਪੋਰਟ ਕਰ ਸਕਦੇ ਹੋ ਕਰੋ ਅਤੇ ਤੁਸੀਂ ਗੱਲ ਕੀਤੀ ਜਿੱਥੇ ਵੱਖਰੇ ਵੱਖਰੇ ਸਿੰਗਰਸ ਗੀਤ ਲੈ ਕੇ ਆ ਰਹੇ ਨੇ ਇਸ ਮੋਰਚੇ ਦੇ ਉੱਪਰ ਅਸੀਂ ਤਾਂ ਕਹਿੰਦੇ ਹਾਂ ਜ਼ਿਆਦਾ ਲੰਬਾ ਨਾ ਚੱਲੇ ਖਤਮ ਹੋ ਜਾਵੇ ਛੇਤੀ ਅਤੇ ਅਸੀਂ ਇਸ ਮੋਰਚੇ ਦੇ ਬਾਅਦ ਵਾਲੇ ਗੀਤ ਜਿਹੜੇ ਆ ਉਹ ਜਿੱਤ ਵਾਲੇ ਜਿਹੜੇ ਆ ਉਹ ਲੈ ਕੇ ਆਈਏ ਬਾਅਦ ਦੇ ਵਿੱਚ ਅਤੇ ਤੁਹਾਡਾ ਕੋਈ ਇਸ ਵੱਲ ਧਿਆਨ ਹੈਗਾ ਆ ਕੋਈ ਗੀਤ ਮੇਰਾ ਧਿਆਨ ਜਿੱਤ ਵਾਲੇ ਗਾਣੇ ਲਿਖਣ ਦਾ ਹੈਗਾ ਅਤੇ ਮੈਂ ਵੇਟ ਹੀ ਕਰ ਰਿਹਾ ਕਦੋਂ ਖਤਮ ਹੋਏਗੀ ਇਹ ਪ੍ਰੋਟੈਸਟ ਅਤੇ ਮੈਂ ਜਿੱਤ ਵਾਲਾ ਗਾਣਾ ਜ਼ਰੂਰ ਲਿਖਾਂਗਾ ਜੀ 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 ਸੋ ਜਿੱਤ ਜ਼ਰੂਰੀ ਆ ਅਤੇ ਜਿੱਤ ਹੋਣੀ ਆ ਅਤੇ ਜਲਦੀ ਹੋਣੀ ਚਾਹੀਦੀ ਆ ਹੋਣੀ ਤਾਂ ਹੈ ਪਰ ਜਿੰਨੀ ਜਲਦੀ ਹੋ ਜਾਵੇ ਅਤੇ ਫਿਰ ਇਸ ਚੀਜ਼ ਤੋਂ ਪਾਸੇ ਹੋ ਕੇ ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਕੋਈ ਚੀਜ਼ ਤੁਸੀਂ ਵੀ ਗੱਲ ਕੀਤੀ ਕਿ ਇੱਕ ਚੀਜ਼ ਰੁਕੀ ਪਈ ਆ ਉਸ ਦੇ ਪਰ ਸਰਕਾਰ ਦੇ ਸਿਰ ਦੇ ਉੱਪਰ ਜੂ ਨਹੀਂ ਸਰਕ ਰਹੀ ਕਿਉਂਕਿ ਇੱਕ ਚੀਜ਼ ਪੂਰਾ ਜਿਹੜੀ ਇੱਕ ਤੁਹਾਡੀ ਕੈਪੀਟਲ ਆ ਕੰਟਰੀ ਦੀ ਉਹ ਉਹਦਾ ਆਉਣਾ ਜਾਣਾ ਕਾਫੀ ਲੋਕ ਡਿਸਟਰਬ ਹੁੰਦੇ ਨੇ ਇੱਥੋਂ ਲੋਕ ਟਰੈਵਲ ਕਰਦੇ ਨੇ ਕਈ ਕੁਛ ਹੁੰਦਾ ਆ ਉੱਥੇ ਤਾਂ ਉਸਦੇ ਉੱਪਰ ਜਿੱਥੇ ਗੌਰਮੈਂਟ ਨੂੰ ਲੱਗਦਾ ਹੈ ਜਿਹੜਾ ਪੈਸਾ ਆ ਭਾਵੇਂ ਉਹ NRI ਦੇ ਰਹੇ ਨੇ ਜਾਂ ਉਹਨਾਂ ਦੇ ਆਪਣੇ ਨੇ ਜੋ ਵੀ ਉੱਥੇ ਪੈਸਾ ਲੱਗ ਰਿਹਾ ਆ ਇਸ ਟਾਈਮ ਦੇ ਉੱਪਰ ਜੇ ਸਰਕਾਰ ਦੀ ਸਿਰ ਦੇ ਉੱਪਰ ਜੂੰ ਸਰਕ ਜਾਵੇ ਅਤੇ ਇਹੋ ਪੈਸਾ ਕਿਸੇ ਦੂਜੇ ਬੰਨੇ ਕੋਈ ਹੋਸਪਿਟਲਸ ਬਣਨਗੇ ਕੋਈ ਹੋਰ ਭਲਾਈ ਦੀਆਂ ਚੀਜ਼ਾਂ ਹੋਣਗੀਆਂ ਜਾਂ ਫਿਰ ਕਿਸਾਨਾਂ ਦੇ ਫਾਰਮਰਸ ਦੀ ਡਿਵੈਲਪਮੈਂਟ ਦੇ ਵਿੱਚ ਯੂਜ਼ ਹੋਣਗੇ ਪੈਸੇ ਸੋ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਜਿੱਥੇ ਠੀਕ ਹੈ ਲੰਗਰ ਲੱਗੇ ਨੇ ਸਾਰਾ ਕੁਛ ਹੈਗਾ ਆ ਪਰ ਉਹ ਇੱਕ ਜਗ੍ਹਾ 'ਤੇ ਆ ਕੇ ਉਹ ਦੈਸ ਮਨੀ ਵੇਸਟ ਵੀ ਹੋ ਰਹੀ ਹੈ ਪਰ ਕੀ ਕਰੀਏ ਉਹ ਖਰਚਾ ਕਰਨਾ ਪਏਗਾ ਕਿਉਂਕਿ ਉਹਨਾਂ ਦੀ ਟੇਕ ਕੇਅਰ ਕਰਨੀ ਪੈ ਸਾਡਾ ਫਰਜ਼ ਹੈ ਜਿਹੜੇ ਮੋਰਚੇ 'ਤੇ ਬੈਠੇ ਆ ਬਿਲਕੁਲ ਜੀ
ਸੋ ਹੋਰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ? ਆਪਾਂ ਜਿੱਥੇ ਗੱਲਬਾਤ ਕਰ ਰਹੇ ਸੀਗੇ, ਆਪਾਂ ਫੈਮਿਲੀ ਬਾਰੇ ਵੀ ਜ਼ਰੂਰ ਦੱਸੀਏ ਕਿ ਕਿੰਨੇ ਲੋਕ ਹੋ ਤੁਸੀਂ ਇੱਥੇ, ਫੈਮਿਲੀ ਦੇ ਵਿੱਚ ਕਿਹੜੀ ਜਗ੍ਹਾ ਰਹਿੰਦੇ ਹੋ, ਅਤੇ ਉਹ ਜ਼ਰੂਰ ਦਰਸ਼ਕਾਂ ਨੂੰ ਜਾਣੂ ਕਰਾਓ। जी, मैं न्यूयॉर्क से लॉन्ग आइलैंड से रहना। मेरी फैमिली है, मेरी वाइफ, दो बच्चे छोटे ने काफ़ी। यही मेरी फैमिली है। मेरे पेरेंट्स इंडिया रहते हैं हले भी, वो आते जाते रहते हैं, बट दे लाइक उन्होंने इंडिया हिंदुस्तान प्रेफर करते हैं, वो अपने देश च जी रहना प्रेफर करते हैं, क्योंकि उत्थे ही वड्डे हुए, उन्होंने सारा सर्कल उत्थे है, तो वो इंजॉय करते रहना। इतने आते हर साल बच्चों ना टाइम स्पेंड करते हैं 3-4 महीने अपना, बट फिर जाके घर ही रहते हैं। यह साडा छोटा जिहा परिवार जी। जी जी छोटा परिवार, सुखी परिवार। ते इत्थे अपने इत्थे की ऑल ओवर छोटे परिवार ही इन्ने की हुंदे ने, ते पेरेंट्स तो चलो वो तो परिवार का हिस्सा शुरू तो ने, ते उन्हां दा साया, उन्हां दा आशीर्वाद साडे ते हमेशा बनिया रहिंदा आ। ते होर जांदे जांदे दर्शकां नूं कोई मैसेज तुसीं देणा चाहोगे? मैं जरूर एक बार फिर ड्रीम्स बारे कहना चाहवाँगा। जिस तरह तुम पहला मैंशन कर रहे थे, मेहनत करो। मैं अगेन लोगों को कहूँगा, सपने देखने ना छोड़ो, कम करो सपनों के वल। स्टेप पहला जरूर लो, अगे ही लैके जाएगा, तो पिछे नहीं लैके जाएगा। मेहनत करो, चाहे तो 1 मिनट मिलता है, 5 मिनट मिलते हैं, 10 मिनट मिलते हैं, अपने ड्रीम्स वल जरूर वर्क करो, क्योंकि ड्रीम्स डू कम ट्रू, सपने जरूर पूरे होंगे जो तो उस वल तुम मेहनत करोगे। तो थैंक यू। जी अज साडे नाल जुड़े सीगे डीजे एसएम। तुसीं इहनां दा जिंदगी दा सफ़र देखिया, 16 साल दी उम्र दे विच अमेरिका आ के डिसीजन लिया कि इत्थे रहणगे, इत्थे रह के पढ़ के अपने आप नूं स्टैबलिश जिथे कीता उत्थे अपना जिहड़ा इहनां दी इक हॉबी सीगी, जिहड़ा इक नूं शौक सीगा उहनूं भी कंटिन्यू रखिया, ते अज इक मुकाम ते ने जिथे आ के जिस तरह कहिंदे ने मेहनत करो ड्रीम कम्स ट्रू, उहनां दा जिहड़ा इक ड्रीम सीगा उह जिहड़ा सोंग दे राहीं अज पूरा होया। तो वैलेंटाइन डे के उपर इन्ह ने वो सोंग जोड़ा वो लॉन्च किया यूट्यूब के उपर, तुम देख सकते हो। असं भी तुम वो गीत सुनाया चल रहे प्रोग्राम के, जे तुम भी साढ़े इस प्रोग्राम का या जस परिवार का हिस्सा बनना चाहते हो तो साढ़े ना संपर्क कर सकते हो थले लिखे नंबर उत्ते, nick@justbroadcasting.com के उपर, या फिर info@justbroadcasting.com के उपर। ताड़ा कोई भी बिजनेस है, कोई भी टैलेंट हैगा वा, कोई भी हॉबी हैगी आ, ईवन तुसी मार्केटिंग दे विच इंटरस्ट रखते हो, या किसी भी कारोबार दे नाल या किसी भी चीज़ दे नाल तुसी रखते हो, तो साढ़े नाल संपर्क करके जस परिवार का हिस्सा बन के अपने किसी भी तरीके दे टैलेंट या कारोबार या कोई भी मैसेज है पूरी दुनिया तक, दुनिया के वक्रे वक्रे कंट्रीज़ के वक्रे वक्रे शहरों के पहुँचा सकते हो साडे परिवार का हिस्सा बन के। तो अज दे लई इन्ना ही काफ़ी है। तो सौरव महाजन जी ते निक बाठ असी तुहाडे कोल लैने आ इजाजत। जिउंदे रहो, वसदे रहो, सेहत दा ध्यान रखो, रब राखा। रब राखा।